ਸਤਿ ਸ੍ਰੀ ਅਕਾਲ ਜੀ ਦਾ ਖਾਲਸ ਟੀਵੀ ਦੇਖਣ ਵਾਲੇ ਦੇਸ਼ ਦੁਨੀਆ ਦੇ ਸਾਡੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ ਪੰਜਾਬ ਦੀਆਂ ਵੱਡੀਆਂ ਖਬਰਾਂ ਦੇ ਇਸ ਖਾਸ ਬੁਲੇਟਨ ਦੇ ਨਾਲ ਮੈਂ ਹਰਸ਼ਰਨ ਕੌਰ ਅੱਜ 1 ਸਤੰਬਰ ਹੈ ਦਿਨ ਸ਼ੁੱਕਰਵਾਰ ਹੈ ਨਾਨਕਸ਼ਹੀ ਸੰਮਤ 555 ਦੇ ਮੁਤਾਬਿਕ ਅੱਜ 16 ਭਾਦੋਂ ਹੋ ਗਈ ਹੈ ਖਬਰਾਂ ਦੇ ਇਸ ਖਾਸ ਬੁਲੇਟਨ ਦੇ ਵਿੱਚ ਤੁਹਾਨੂੰ ਸਾਰੀਆਂ ਪੰਜਾਬ ਦੀਆਂ ਵੱਡੀਆਂ ਤਾਜ਼ਾ ਤੇ ਅਹਿਮ ਖਬਰਾਂ ਦੱਸਾਂਗੇ ਸਭ ਤੋਂ ਪਹਿਲਾਂ ਮੌਸਮ ਦੀ ਤਾਜ਼ਾ ਜਾਣਕਾਰੀ ਮੌਸਮ ਵਿਭਾਗ ਮੁਤਾਬਕ ਅੱਜ ਤੇ ਕੱਲ ਯਾਨੀ ਕਿ 1 ਤੇ 2 ਸਤੰਬਰ ਨੂੰ ਮੌਸਮ ਆਮ ਵਾਂਗ ਹੀ ਰਹੇਗਾ ਯਾਨੀ ਕਿ ਖੁਸ਼ਕ ਰਹੇਗਾ ਮਾਝਾ ਤੇ ਦੁਆਬਾ ਦੇ ਵਿੱਚ ਫਿਰ ਪਰਸੋਂ ਨੂੰ 3 ਸਤੰਬਰ ਨੂੰ ਕਿਤੇ ਕਿਤੇ ਮੀਂਹ ਪੈਣ ਦੀ ਸੰਭਾਵਨਾ ਹੈ ਫਿਰ 6 ਸਤੰਬਰ ਤੱਕ ਮੌਸਮ ਪਹਿਲਾਂ ਵਾਂਗੂ ਖੁਸ਼ਕ ਹੀ ਰਹੇਗਾ ਹਰਿਆਣਾ ਦੇ ਵਿੱਚ ਮੌਸਮ 6 ਸਤੰਬਰ ਤੱਕ ਖੁਸ਼ਕ ਹੀ ਰਹੂਗਾ ਕਿਤੇ ਵੀ ਮੀਂਹ ਪੈਣ ਦੇ ਕਣੀ ਡਿੱਕਣ ਦੇ ਵੀ ਆਸਾਰ ਨਹੀਂ ਹਨ ਪੰਜਾਬ ਦੇ ਸਾਰੇ ਪਿੰਡਾਂ ਦੀਆਂ ਪੰਚਾਇਤਾਂ ਭੰਗ ਕਰਨ ਤੇ ਫੈਸਲਾ ਵਾਪਸ ਲੈ ਜਾਣ ਤੋਂ ਬਾਅਦ ਪੰਜਾਬ ਸਰਕਾਰ ਨੇ ਇੱਕ ਵੱਡੀ ਕਾਰਵਾਈ ਵੀ ਕੀਤੀ ਹੈ ਸਖਤ ਫੈਸਲਾ ਲੈਂਦੇ ਆ ਇਸ ਮਾਮਲੇ 'ਚ ਪਿੰਡੂ ਵਿਕਾਸ ਤੇ ਪੰਚਾਇਤ ਵਿਭਾਗ ਦੇ ਪ੍ਰਮੁੱਖ ਸਕੱਤਰ ਡੀ ਕੇ ਤਿਵਾੜੀ ਤੇ ਡਾਇਰੈਕਟਰ ਗੁਰਪ੍ਰੀਤ ਸਿੰਘ ਖਹਿਰਾ ਨੂੰ ਸਸਪੈਂਡ ਕਰ ਦਿੱਤਾ ਹੈ ਪ੍ਰਮੁਖ ਸਕੱਤਰ Tiwari ਇਸ ਵਕਤ ਵਿਦੇਸ਼ ਦੇ ਵਿੱਚ ਨੇ ਪਤਾ ਲੱਗਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਇਸ ਗੱਲੋਂ ਖਫਾ ਨੇ ਕਿ ਸੀਐਮ ਨੇ ਅਧਿਕਾਰੀਆਂ ਨੂੰ ਸੁਨੇਹਾ ਦੇਣ ਦੇ ਲਈ ਸਖਤ ਕਦਮ ਚੁੱਕਿਆ ਹੈ ਕਿਉਂਕਿ ਪੰਚਾਇਤ ਵਿਭਾਗ ਦੇ ਇੱਕ ਨੋਟੀਫਿਕੇਸ਼ਨ ਕਰਕੇ ਸਰਕਾਰ ਦੀ ਝੋਲੀ ਬਦਨਾਮੀ ਪਈ ਹੈ ਦਰਸਲ ਕਾਲਾ ਅਦਾਲਤ ਦੇ ਵਿੱਚ ਸੁਣਵਾਈ ਹੋਈ ਇਸ ਮਾਮਲੇ ਨੂੰ ਲੈ ਕੇ ਉੱਥੇ ਸੁਣਵਾਈ ਦੌਰਾਨ ਪੰਜਾਬ ਦੇ ਏਜੀ ਨੇ ਅਦਾਲਤ ਨੂੰ ਜਾਣਕਾਰੀ ਦਿੱਤੀ ਕਿ ਸਰਕਾਰ ਨੇ ਇਹ ਫੈਸਲਾ ਵਾਪਸ ਲੈ ਲਿਆ ਹੈ ਉਸ ਤੋਂ ਪਿਛਲੀ ਸੁਣਵਾਈ ਦੇ ਵਿੱਚ ਅਦਾਲਤ ਨੇ ਸਖਤੀ ਦਿਖਾਈ ਸੀ ਕਿ ਅਜਿਹਾ ਫੈਸਲਾ ਕਿਉਂ ਲਿਆ ਗਿਆ ਤੇ ਉਸ ਫੈਸਲੇ ਦੀ ਕਾਪੀ ਮੰਗਵਾਈ ਗਈ ਸੀ ਤੇ ਅਦਾਲਤ ਦੇ ਰੁਖ ਨੂੰ ਦੇਖਦੇ ਆ ਸਰਕਾਰ ਨੇ ਯੂ-ਟਰਨ ਲੈ ਲਿਆ ਪੁਰਾਣਾ ਨੋਟੀਫਿਕੇਸ਼ਨ ਵਾਪਸ ਕਰਕੇ ਹੁਣ ਪਿੰਡ ਵਿਕਾਸ ਤੇ ਪੰਚਾਇਤ ਵਿਭਾਗ ਨਵਾਂ ਨੋਟੀਫਿਕੇਸ਼ਨ ਜਾਰੀ ਕਰੇਗਾ ਜਿਸ ਤੋਂ ਬਾਅਦ ਸਰਪੰਚ ਹੁਣ ਗ੍ਰਾਂਟਾਂ ਖਰਚ ਸਕਣਗੇ ਤੇ ਪੰਜਾਬ ਸਰਕਾਰ ਦੀ ਇਸ ਕਾਰਵਾਈ ਦਾ ਵਿਧਾਨ ਸਭਾ ਦੇ ਵਿੱਚ ਵਿਰੋਧੀ ਧਿਰ ਦੇ ਲੀਡਰ ਪ੍ਰਤਾਪ ਸਿੰਘ ਬਾਜਵਾ ਨੇ ਵਿਰੋਧ ਕੀਤਾ ਹੈ ਬਾਜਵਾ ਨੇ ਸਵਾਲ ਪੁੱਛਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਪਿੰਡੂ ਵਿਕਾਸ ਮੰਤਰੀ ਲਾਲਜੀਤ ਸਿੰਘ ਭੁੱਲਰ ਦੇ ਖਿਲਾਫ ਕੋਈ ਕਾਰਵਾਈ ਕਿਉਂ ਨਹੀਂ ਕੀਤੀ ਕਿਉਂਕਿ ਨੋਟੀਫਿਕੇਸ਼ਨ ਮੰਤਰੀ ਦੀ ਜਾਣਕਾਰੀ ਤੋਂ ਬਿਨਾ ਤਾਂ ਜਾਰੀ ਹੋ ਨਹੀਂ ਸਕਦਾ ਪੰਚਾਇਤ ਮੰਤਰੀ ਹੀ ਆਖਿਰਕਾਰ ਆਪਣੇ ਵਿਭਾਗ ਦੇ ਬਾਰੇ ਕੋਈ ਵੀ ਫੈਸਲਾ ਲੈਣ ਦੀ ਅਲਟੀਮੇਟ ਅਥਾਰਟੀ ਨੇ ਬਾਜਵਾ ਨੇ ਕਿਹਾ ਕਿ ਆਪਣੀ ਸਰਕਾਰ ਦੀ ਅਸਫਲਤਾ ਦੇ ਲਈ ਦੂਜਿਆਂ ਨੂੰ ਬਲੀ ਦਾ ਬੱਕਰਾ ਬਣਾਉਣ ਦੀ ਬਜਾਏ ਅਸਲੀ ਦੋਸ਼ੀਆਂ ਤੇ ਕਾਰਵਾਈ ਹੋਣੀ ਚਾਹੀਦੀ ਹੈ ਜੇ ਕਹਿੰਦੇ ਮੁੱਖ ਮੰਤਰੀ ਭਗਵੰਤ ਮਾਨ ਸੱਚਮੁੱਚ ਪੰਜਾਬ ਦੇ ਲੋਕਾਂ ਦੀ ਜਮਹੂਰੀ ਹੱਕਾਂ ਦਾ ਸਤਿਕਾਰ ਕਰਦੇ ਤਾਂ ਸ਼ਾਇਦ ਹੁਣ ਤੱਕ ਆਪਣਾ ਅਸਤੀਫਾ ਦੇ ਦਿੰਦੇ ਤੇ ਜੇ ਕਹਿੰਦੇ ਨੋਟੀਫਿਕੇਸ਼ਨ ਮੰਤਰੀ ਦੀ ਜਾਣਕਾਰੀ ਤੋਂ ਬਿਨਾ ਜਾਰੀ ਕਰ ਦਿੱਤਾ ਗਿਆ ਤਾਂ ਇਹ ਮੰਤਰੀ ਦੀ ਜਿਹੜੀ ਅਯੋਗਤਾ ਹੈ ਉਸ ਨੂੰ ਦਰਸਾਉਂਦਾ ਹੈ ਬਾਜਵਾ ਨੇ ਤਿੱਖਾ ਸਵਾਲ ਪੁੱਛਦਿਆਂ ਮੁੱਖ ਮੰਤਰੀ ਨੂੰ ਕਿਹਾ ਕਿ ਹੈ ਕਿ ਸੀਐਮ ਭਗਵੰਤ ਮਾਨ ਹਮੇਸ਼ਾ ਆਪਣੇ ਕੈਬਨਿਟ ਵਜ਼ੀਰਾਂ ਨੂੰ ਕਿਉਂ ਬਚਾਉਂਦੇ ਰਹਿੰਦੇ ਨੇ ਉਧਰ ਪੰਜਾਬ ਸਰਕਾਰ ਅਤੇ ਸਰਕਾਰੀ ਮੁਲਾਜ਼ਮਾਂ ਦੇ ਵਿਚਾਲੇ ਰੇਡਾਂ का भी ਲਗਾਤਾਰ ਬਰਕਰਾਰ ਹੈ ਟਕਰਾ ਪੂਰਾ ਬਣਿਆ ਹੋਇਆ ਪਟਵਾਰ ਯੂਨੀਅਨ ਨੇ ਸੰਘਰਸ਼ ਤੋਂ ਪਿੱਛੇ ਨਾ ਹਟਣ ਦਾ ਐਲਾਨ ਕਰਦਿਆਂ ਕੱਲ ਤੋਂ ਹੀ ਹੜਤਾਲ ਸ਼ੁਰੂ ਕਰਨ ਦਾ ਐਲਾਨ ਕਰ ਦਿੱਤਾ ਸੀ ਯਾਨੀ ਕਿ ਕੱਲ ਤੋਂ ਹੀ ਉਹਨਾਂ ਨੇ ਕਲਮ ਛੱਡੋ ਵਰਤਾ ਹੜਤਾਲ ਵਢ ਦਿੱਤੀ ਹੈ ਹਾਲਾਂਕਿ ਹੜ ਆਫਤ ਨਾਲ ਸੰਬੰਧਿਤ ਜਿਹੜੇ ਕੰਮ ਨੇ ਉਹ ਜ਼ਰੂਰ ਕੀਤੇ ਜਾਣਗੇ ਵਾਧੂ ਚਾਰਜ ਵਾਲੇ ਸਰਕਲਾਂ ਦੇ ਵਿੱਚ ਕੰਮ ਕਰਨ ਤੋਂ ਇਨਕਾਰ ਕੀਤਾ ਐਸਮਾ ਐਕਟ ਲਾਗੂ ਕਰਨ ਦਾ ਵੀ ਮੁਲਾਜ਼ਮ ਲੀਡਰਾਂ ਨੇ ਵਿਰੋਧ ਕੀਤਾ ਹੈ ਕੱਲ ਯੂਨੀਅਨ ਦੀ ਮੀਟਿੰਗ ਪ੍ਰਿੰਸੀਪਲ ਸਕੱਤਰ ਦੇ ਨਾਲ ਤੈਅ ਹੋਈ ਸੀ ਪਰ ਜਦੋਂ ਪਟਵਾਰ ਯੂਨੀਅਨ ਨੇ ਕਲਮ ਛੱਡੋ ਹੜਤਾਲ ਦਾ ਕੱਲ ਤੋਂ ਹੀ ਐਲਾਨ ਕਰ ਦਿੱਤਾ ਤਾਂ ਸਰਕਾਰ ਨੇ ਮੀਟਿੰਗ ਰੱਦ ਕਰ ਦਿੱਤੀ ਉਸ ਤੋਂ ਬਾਅਦ ADGP ਇੰਟੈਲੀਜੈਂਸ ਦੇ ਨਾਲ ਮੀਟਿੰਗ ਹੋਈ ਜਿਸ ਵਿੱਚ ਯੂਨੀਅਨ ਨੇ ਦੱਸਿਆ ਕਿ ਸੰਘਰਸ਼ ਵਿੱਚ ਭ੍ਰਿਸ਼ਟਾਚਾਰ ਦਾ ਤਾਂ ਕੋਈ ਮੁੱਦਾ ਹੀ ਨਹੀਂ ਹੈ ਬਲਕਿ ਯੂਨੀਅਨ ਤਾਂ ਪਟਵਾਰੀਆਂ ਤੋਂ ਸਖਣੇ ਪਏ ਸਰਕਲਾਂ ਦੇ ਵਿੱਚ ਨਵੀਂ ਭਰਤੀ ਦੀ ਮੰਗ ਕਰ ਰਹੀਆਂ ਨੇ ਯਾਨੀ ਕਿ ਯੂਨੀਅਨਾਂ ਨੇ ਸਰਕਾਰ ਨੂੰ ਕਿਹਾ ਹੈ ਕਿ ਅਸੀਂ ਭ੍ਰਿਸ਼ਟਾਚਾਰ ਦੇ ਦੋਸ਼ ਵਿੱਚ ਕਾਰਵਾਈ ਦਾ ਸਾਹਮਣਾ ਕਰ ਰਹੇ ਸਾਥੀ ਦੇ ਲਈ ਤਾਂ ਵਿਰੋਧ ਕਰ ਹੀ ਨਹੀਂ ਰਹੇ ਅਸੀਂ ਤਾਂ ਮੰਗਾਂ ਨੂੰ ਲੈ ਕੇ ਵਿਰੋਧ ਕਰ ਰਹੇ ਹਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਰਾਜਪਾਲ ਬਨਵਾਰੀ ਲਾਲ ਪ੍ਰੋਹਿਤ ਦੇ ਵਿਚਾਲੇ ਜਿਹੜੀ ਖਿੱਚੋ ਤਾਣ ਬਣੀ ਹੋਈ ਸੀ ਉਹ ਹੁਣ ਥੋੜੀ ਨਰਮ ਪੈਂਦੀ ਨਜ਼ਰ ਆ ਰਹੀ ਹੈ ਸੰਕੇਤ ਮਿਲਣ ਲੱਗੇ ਨੇ ਇੱਕ ਤਾਂ 2 ਦਿਨ ਪਹਿਲਾਂ ਰਾਜਪਾਲ ਬਨਵਾਰੀ لال ਪ੍ਰੋਹਿਤ ਨੇ ਕੌਮੀ ਖੇਡ ਦਿਵਸ ਮੌਕੇ ਪੰਜਾਬ ਦੀ ਰੱਜ ਕੇ ਤਾਰੀਫ ਕੀਤੀ ਸੀ মিডিਆ ਮੂਰੇ ਵੀ ਸਰਕਾਰ ਬਾਰੇ ਕੁਝ ਵੀ ਕਹਿਣ ਤੋਂ ਇਨਕਾਰ ਕਰ ਦਿੱਤਾ ਸੀ ਤੇ ਅੱਧਰ ਪੰਜਾਬ ਸਰਕਾਰ ਨੇ ਵੀ ਰਾਜਪਾਲ ਦੇ ਵੱਲੋਂ ਭੇਜੀਆਂ ਗਈਆਂ ਚਿੱਠੀਆਂ ਦੇ ਜਵਾਬ ਦੇਣੇ ਸ਼ੁਰੂ ਕਰ ਦਿੱਤੇ ਗਏ ਨੇ ਤਾਂ ਜੋ ਕੁੜਤਣ ਘਟ ਸਕੇ ਰਾਜਪਾਲ ਨੇ ਹੁਣ ਤੱਕ ਕੁੱਲ 16 ਚਿੱਠੀਆਂ ਪੰਜਾਬ ਸਰਕਾਰ ਨੂੰ ਭੇਜੀਆਂ ਨੇ ਜਿਨ੍ਹਾਂ ਦੀ ਚਰਚਾ ਕਈ ਵਾਰੀ ਮੀਡੀਆ ਦੇ ਕੋਲ ਕਰ ਚੁੱਕੇ ਨੇ ਦੂਜੇ ਪਾਸੇ ਮੁੱਖ ਮੰਤਰੀ ਵੀ ਮੋੜ 'ਚ ਜਵਾਬ ਦੇਂਦੇ ਰਹਿੰਦੇ ਨੇ ਕਿ ਨੌ ਚਿੱਠੀਆਂ ਦਾ ਜਵਾਬ ਭੇਜ ਦਿੱਤਾ ਬਾਕੀ ਵੀ ਭੇਜ ਦੇਾਂਗੇ ਸੂਤਰ ਦੱਸਦੇ ਨੇ ਕਿ 6 ਚਿੱਠੀਆਂ ਜਿਹੜੀਆਂ ਰਹਿੰਦੀਆਂ ਸੀ ਉਹਨਾਂ ਦੇ ਜਵਾਬ ਤਿਆਰ ਕਰ ਲਏ ਗਏ ਨੇ ਇੱਕ ਇੱਕ ਕਰਕੇ ਚਿੱਠੀਆਂ ਦੇ ਜਵਾਬ ਹੁਣ ਰਾਜ ਭਵਨ ਨੂੰ ਭੇਜੇ ਜਾਣਗੇ ਇਸ ਤੋਂ ਬਾਅਦ ਸਿਆਸੀ ਹਲਕੇ ਹੈਰਾਨ ਨੇ ਕਿ ਆਖਿਰ ਅਜਿਹਾ ਕੀ ਵਾਪਰਿਆ ਕਿ ਸੁਰ ਐਨੀ ਮੱਠੀ ਪੈ ਗਈ ਹੈ ਰਾਜਪਾਲ ਬਨਵਾਰੀ ਲਾਲ ਪ੍ਰੋਹਿਦ ਦੀ ਤੇ ਇੱਕ ਦਿਨ ਪਹਿਲਾਂ ਵੀ ਅਸੀਂ ਦੱਸਿਆ ਸੀ ਕਿ ਸੂਤਰੇ ਦੱਸਦੇ ਨੇ ਕਿ ਸੈਂਟਰ ਸਰਕਾਰ ਦੇ ਦਖਲ ਕਰਕੇ ਅਜਿਹਾ ਹੋਇਆ ਹੈ ਕਿਉਂਕਿ ਆਉਂਦੇ ਕੁਝ ਦਿਨਾਂ ਤੱਕ ਦਿੱਲੀ ਦੇ ਵਿੱਚ ਜੀ20 ਸੰਮੇਲਨ ਹੋ ਰਿਹਾ ਜਿੱਥੇ ਕੋ ਮੰਤਰੀ ਹਸਤੀਆਂ ਪਹੁੰਚ ਰਹੀਆਂ ਨੇ ਤੇ ਸੈਂਟਰ ਸਰਕਾਰ ਨੇ ਇਹ ਇੱਕ ਰਣਨੀਤੀ ਬਣਾਈ ਹੈ ਕਿ ਜਿਹੜੀਆਂ ਗੈਰ ਬੀਜੇਪੀ ਸ਼ਾਸਕ ਸਰਕਾਰਾਂ ਨੇ ਉਹਨਾਂ ਨਾਲ ਕੋਈ ਵੱਡਾ ਪੰਗਾ ਨਾ ਲਿਆ ਜਾਵੇ ਸਿਆਸੀ ਲੜਾਈ ਖਤਮ ਨਹੀਂ ਹੋਈ ਪਰ ਇਸ ਨੂੰ ਥੋੜੀਆਂ ਬ੍ਰੇਕਾਂ ਲਾ ਦਿੱਤੀਆਂ ਗਈਆਂ ਨੇ ਇਤਿਹਾਸਿਕ ਨਗਰੀ ਬਾਬਾ ਬਕਾਲਾ ਸਾਹਿਬ ਵਿਖੇ ਚੱਲ ਰਹੇ ਰਖੜ ਪੁੰਨਿਆਂ ਦੇ ਮੇਲੇ ਦਾ ਅੱਜ ਤੀਸਰਾ ਤੇ ਆਖਰੀ ਦਿਨ ਹੈ ਕੱਲ ਦੂਜੇ ਦਿਨ ਇਤਿਹਾਸਿਕ ਧਰਤੀ ਤੇ ਵੱਖ-ਵੱਖ ਪਾਰਟੀਆਂ ਦੇ ਵੱਲੋਂ ਸਿਆਸੀ ਕਾਨਫਰੰਸਾਂ ਸਜਾਈਆਂ ਗਈਆਂ ਸਤਾਤਰ ਆਮ ਆਦਮੀ ਪਾਰਟੀ ਦੀ ਸਿਆਸੀ ਕਾਨਫਰੰਸ ਦੇ ਵਿੱਚ ਭਾਵੇਂ ਮੁੱਖ ਮੰਤਰੀ ਭਗਵੰਤ ਮਾਨ ਤਾਂ ਨਹੀਂ ਪਹੁੰਚੇ ਪਰ ਤਕਰੀਬਨ ਸਾਰੀ ਵਜ਼ਾਰਤ ਇੱਥੇ ਪਹੁੰਚੀ ਹੋਈ ਸੀ ਮੁੱਖ ਮੰਤਰੀ ਭਗਵੰਤ ਮਾਨ ਆਪਣੇ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਦੇ ਨਾਲ ਮੁੰਬਈ ਵਿੱਚ ਚੱਲ ਰਹੀ ਇੰਡੀਆ ਦੀ ਦੋਦਨਾ ਮੀਟਿੰਗ ਵਿੱਚ ਸ਼ਾਮਲ ਹੋਣ ਦੇ ਲਈ ਪਹੁੰਚੇ ਹੋਏ ਨੇ ਤੇ ਬਟਾਲਾ ਦੇ ਵਿੱਚ ਜਿਹੜੀ ਸਿਆਸੀ ਕਾਨਫਰੰਸ ਆਮ ਆਦਮੀ ਪਾਰਟੀ ਦੀ ਹੋਈ ਹੈ ਉਹਦੇ ਵਿੱਚ 81 ਭੀੜ ਨਾਲੋਂ ਕਾਫੀ ਘੱਟ ਗਿਣਤੀ ਵਿੱਚ ਵਰਕਰ ਪਹੁੰਚੇ ਵੱਡੀ ਗਿਣਤੀ ਵਿੱਚ ਕੁਰਸੀਆਂ ਖਾਲੀ ਦਿਖਾਈ ਦਿੱਤੀਆਂ ਇਸ ਮੌਕੇ ਆਮ ਆਦਮੀ ਪਾਰਟੀ ਨੇ ਕਾਂਗਰਸ ਅਤੇ ਅਕਾਲੀਆਂ ਤੇ ਸੂਬੇ ਨੂੰ ਕਰਜ਼ਈ ਕਰਨ ਦੇ ਦੋਸ਼ ਲਾਏ ਨਾਲ ਹੀ ਕੇਂਦਰ ਤੇ ਵਰਦਿਆਂ ਆਪ ਲੀਡਰਾਂ ਨੇ ਕਿਹਾ ਕਿ ਸੈਂਟਰ ਸਰਕਾਰ ਪੰਜਾਬ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਇਸ ਮੌਕੇ ਪਾਰਟੀ ਦੇ ਕਾਰਜਕਾਰੀ ਪ੍ਰਧਾਨ ਪ੍ਰਿੰਸੀਪਲ ਬੁੱਧਰਾਮ ਵੀ ਪਹੁੰਚੇ ਹੋਏ ਸਨ ਆਪ ਲੀਡਰਾਂ ਦੇ ਮੰਤਰੀਆਂ ਨੇ ਪੰਜਾਬ ਜਮ ਆਦਮੀ ਪਾਰਟੀ ਦੀ 1 ਸਾਲ ਦੀ ਕਾਰਗੁਜ਼ਾਰੀ ਦਾ ਲੇਖਾ ਜੋਖਾ ਵੀ ਪੇਸ਼ ਕੀਤਾ ਕਾਂਗਰਸ ਦੀ ਸਿਆਸੀ ਕਾਨਫਰੰਸ ਦੇ ਵਿੱਚ ਪੰਜਾਬ ਦੇ ਮੁੱਦੇ ਗੂੰਜਦੇ ਰਹੇ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਆਮ ਆਦਮੀ ਪਾਰਟੀ ਤੇ ਵਰਦਿਆਂ ਕਿ ਜੇ ਦਰਿਆਵਾਂ ਦੇ ਵਿੱਚ ਖਨਣ ਕਰਵਾ ਕੇ ਸਫਾਈ ਕਰਵਾਈ ਜਾਂਦੀ ਤਾਂ ਬਿਆਸ ਤੇ ਸਤਲੁਜ ਦਰਿਆਵਾਂ ਵਿਚ ਆਏ ਹੜ੍ਹਾਂ ਨਾਲ ਪੰਜਾਬ ਦੇ ਲੋਕਾਂ ਦਾ ਇੰਨਾ ਨੁਕਸਾਨ ਨਾ ਹੁੰਦਾ ਇਸ ਗਲਤੀ ਦਾ ਖਮਿਆਜ਼ਾ ਕਿਸਾਨਾਂ ਨੂੰ ਚੱਲਣਾ ਪੈ ਰਿਹਾ 6 ਲੱਖ ਏਕੜ ਫਸਲ ਦਾ ਨੁਕਸਾਨ ਹੋਇਆ ਤੇ ਜੇ ਕਹਿੰਦੇ ਪਹਿਲਾਂ ਸਫਾਈ ਕਰਵਾਈ ਜਾਂਦੀ ਤਾਂ ਇਹ ਨੁਕਸਾਨ ਮਹਿਜ਼ 2000 ਏਕੜ ਦਾ ਹੀ ਰਹਿ ਜਾਣਾ ਸੀ ਵਿਧਾਨ ਸਭਾ ਦੇ ਵਿੱਚ ਵਿਰੋਧੀ ਧਿਰ ਦੇ ਲੀਡਰ ਪ੍ਰਤਾਪ ਸਿੰਘ ਬਾਜਵਾ ਨੇ ਪੰਚਾਇਤਾਂ ਭੰਗ ਕਰਨ ਦਾ ਫੈਸਲਾ ਵਾਪਸ ਲੈਣ ਅਤੇ ਆਂਗਣਵਾਲੀ ਵਰਕਰਾਂ ਦੀਆਂ ਨਿਯੁਕਤੀਆਂ ਨੂੰ ਲੈ ਕੇ ਸਰਕਾਰ ਤੇ ਖੂਬ ਤੰਜ ਕਸਿਆ। ਸ਼੍ਰੋਮਣੀ ਅਕਾਲੀ ਦਲ ਦੀ ਪ੍ਰੈਸ ਕਾਨਫਰੰਸ ਦੀ ਗੱਲ ਕਰ ਲਈਏ ਤਾਂ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਦੇ ਵਿੱਚ ਇਹ ਪ੍ਰੈਸ ਕਾਨਫਰੰਸ ਹੋਈ ਤੇ ਅਕਾਲੀਆਂ ਦੀ ਪ੍ਰੈਸ ਕਾਨਫਰੰਸ ਦੇ ਵਿੱਚ ਵੀ ਪੰਜਾਬ ਦੇ ਮੁੱਦੇ ਗੂੰਜੇ ਜਿਨ੍ਹਾਂ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਸਰਕਾਰ ਨੂੰ ਘੇਰਿਆ ਗਿਆ। ਸਰਕਾਰੀ ਮੁਲਾਜ਼ਮਾਂ ਨਾਲ ਸਰਕਾਰ ਦੇ ਚੱਲ ਰਹੇ ਰੇੜਕੇ ਦੇ ਦਰਮਿਆਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਐਸਮਾ ਮੁਲਾਜ਼ਮਾਂ ਤੇ ਨਹੀਂ ਬਲਕਿ ਮੁੱਖ ਮੰਤਰੀ ਭਗਵੰਤ ਮਾਨ ਤੇ ਲਾਗੂ ਹੋਣਾ ਚਾਹੀਦਾ ਹੈ। ਇਹੀ ਪੈਮਾਨਾ ਕਹਿੰਦੇ ਮੰਤਰੀਆਂ ਤੇ ਵਿਧਾਇਕਾਂ ਤੇ ਵੀ ਲਾਗੂ ਹੋਣਾ ਚਾਹੀਦਾ ਜੋ ਪਿਛਲੇ ਮਹੀਨੇ ਆਏ ਹੜ੍ਹਾਂ ਦੇ ਵਿੱਚ ਫਸੇ ਕਿਸਾਨਾਂ ਤੇ ਲੋਕਾਂ ਦੀ ਮਦਦ ਵਾਸਤੇ ਮੌਕੇ ਤੇ ਨਹੀਂ ਪਹੁੰਚ ਸਕੇ। ਸੁਖਬੀਰ ਨੇ ਸਰਕਾਰ ਨੂੰ ਸੁਨੇਹਾ ਭੇਜਿਆ ਕਿ ਤਾਨਾਸ਼ਾਹੀ ਰਵਈਆ ਅਪਣਾਉਣ ਦੀ ਥਾਂ ਮੁਲਾਜ਼ਮਾਂ ਦੇ ਨਾਲ ਸਰਕਾਰ ਨੂੰ ਗੱਲ ਕਰਨੀ ਚਾਹੀਦੀ ਹੈ। ਇਸ ਮੌਕੇ ਸੁਖਬੀਰ ਸਿੰਘ ਬਾਦਲ ਨੇ ਇਹ ਵੀ ਐਲਾਨ ਕੀਤਾ ਇਸ਼ਰਮਣੀ ਅਕਾਲੀ ਦਲ ਵੱਲੋਂ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਆਉਂਦੀਆਂ ਚੋਣਾਂ ਲੜੀਆਂ ਜਾਣਗੀਆਂ ਐਸਜੀਪੀਸੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਵੀ ਮੁੱਖ ਮੰਤਰੀ ਤੇ ਤਿੱਖਾ ਹਮਲਾ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਰਖੜ ਪੁੰਨਿਆ ਤੇ ਆਉਣ ਦੀ ਥਾਂ ਮੁੰਬਈ ਗਏ ਨੇ ਕਿਉਂਕਿ ਕੇਜਰੀਵਾਲ ਨੂੰ ਉੱਥੇ ਜਾਣ ਲਈ ਪੰਜਾਬ ਸਰਕਾਰ ਦੀ ਜਹਾਜ਼ ਦੀ ਲੋੜ ਸੀ ਪੰਜਾਬ ਦੇ ਸਰਕਾਰੀ ਮੁਲਾਜ਼ਮਾਂ ਦਾ ਜਿੱਥੇ ਪੰਜਾਬ ਸਰਕਾਰ ਦੇ ਨਾਲ ਰੇਡ ਕਾ ਚੱਲ ਰਿਹਾ ਹੈ ਉੱਥੇ ਹੀ ਪੰਜਾਬ ਦੇ ਅਧਿਕਾਰੀਆਂ ਦੀ ਭੂਮਿਕਾ ਤੇ NHAI ਯਾਨੀ ਕਿ ਨੈਸ਼ਨਲ ਹਾਈਵੇ ਥੋਰਟੀ ਆਫ ਇੰਡੀਆ ਨੇ ਸਵਾਲ ਖੜੇ ਕੀਤੇ ਨੇ ਪੰਜਾਬ ਦੇ ਵਿੱਚ ਉਸਾਰੀ ਅਧੀਨ ਅਤੇ ਪ੍ਰਸਤਾਵਿਤ ਕੌਮੀ ਮਾਰਗਾਂ ਲਈ ਜ਼ਮੀਨ ਐਕਵਾਇਰ ਕਰਨ ਸਮੇ ਸੂਬਾ ਸਰਕਾਰ ਦੇ ਅਧਿਕਾਰੀਆਂ ਦੀ ਭੂਮਿਕਾ ਤੇ ਇਹ ਸਵਾਲ ਖੜੇ ਹੋਏ ਨੇ ਦੱ ਲੱਗਿਆ ਕਿ ਕੌਮੀ ਮਾਰਗ ਦੇ ਲਈ ਜ਼ਮੀਨ ਐਕਵਾਇਰ ਕਰਨ ਦੇ ਇੱਕ ਮਾਮਲੇ ਤੇ ਅਥਾਰਟੀ ਦਾ ਇੱਕ ਅਧਿਕਾਰੀ ਮੁਅਤਲਬੀ ਕਰ ਦਿੱਤਾ ਗਿਆ ਤੇ ਐਨ ਐਚ ਏ ਆਈ ਦੇ ਚੇਅਰਮੈਨ ਨੇ ਪੰਜਾਬ ਦੇ ਅਧਿਕਾਰੀਆਂ ਖਿਲਾਫ ਵੀ ਕਾਰਵਾਈ ਮੰਗੀ ਹੈ ਲੈਂਡ ਐਕਵੀਜ਼ੀਸ਼ਨ ਕਲੈਕਟਰ ਅਤੇ ਆਰਬਿਟਰੇਟਰ ਦੇ ਵੱਲੋਂ ਵਜੋਂ ਤਾਇਨਾਤ ਅਧਿਕਾਰੀਆਂ ਦੇ ਵੱਲੋਂ ਜ਼ਮੀਨਾਂ ਦਾ ਮੁਆਵਜ਼ਾ ਵਧ ਦੇਣ ਦੇ ਮੁੱਦੇ ਤੇ ਹਾਈਵੇ ਅਥਾਰਟੀ ਦੇ ਵੱਲੋਂ ਸੂਬਾ ਸਰਕਾਰ ਨੂੰ ਚਿੱਠੀ ਲਿਖ ਕੇ ਸੂਚਿਤ ਕੀਤਾ ਜਾ ਰਿਹਾ ਹੈ ਇਸ ਸਬੰਧੀ ਹਾਈਵੇ ਅਥਾਰਟੀ ਨੇ ਆਪਣੇ ਇੱਕ ਪ੍ਰੈਜ਼ਾਈਡਿੰਗ ਆਫੀਸਰ ਦੇ ਵਿਰੁੱਧ ਕਾਰਵਾਈ ਕਰਦਿਆਂ ਉਸ ਨੂੰ ਸਸਪੈਂਡ ਕਰ ਦਿੱਤਾ ਪੰਜਾਬ ਵਿਜੀਲੈਂਸ ਬਿਊਰੋ ਨੇ ਹੁਸ਼ਿਆਰਪੁਰ ਦੇ ਦਤਾਰਪੁਰ ਨੇੜਲੇ ਪਿੰਡ ਕਗਵਾਲ ਦੇ ਵਿੱਚੋਂ ਮਿੱਟੀ ਚੁੱਕਣ ਲਈ ਜਮ੍ਹਾਂ ਕਰਵਾਈ ਸਰਕਾਰੀ ਫੀਸ ਦੀ ਰਾਇਲਟੀ ਤਬਦੀਲ ਕਰਨ ਦੇ ਮਾਮਲੇ ਵਿੱਚ 5 ਲੱਖ ਰੁਪਏ ਦੀ ਰਿਸ਼ਵਤ ਲੈਂਦੇ ਆ ਮਾਈਨਿੰਗ ਵਿਭਾਗ ਦੇ ਐਕਸੀਅਨ ਸਰਤਾਜ ਸਿੰਘ ਰੰਧਾਵਾ ਅਤੇ ਦਸੂਹਾ ਦੇ ਐਸਡੀਓ ਹਰਜਿੰਦਰ ਸਿੰਘ ਨੂੰ ਗ੍ਰਿਫਤਾਰ ਕੀਤਾ ਹੈ ਇਹ ਕਾਰਵਾਈ ਜਸਪੀਤ ਸਿੰਘ ਵਾਸੀ ਡੋਲਨ ਤਹਿਸੀਲ ਜਗਰਾਉਂ ਜ਼ਿਲ੍ਹਾ ਲੁਧਿਆਣਾ ਦੀ ਸ਼ਿਕਾਇਤ ਤੇ ਕੀਤੀ ਗਈ ਹੈ ਮਿੱਟੀ ਚੁੱਕਣ ਦੀ ਰਾਇਲਟੀ ਤਬਦੀਲ ਕਰਨ ਦੇ ਬਦਲੇ ਹਾਲਾਂਕਿ 12 ਲੱਖ ਦੀ ਰਿਸ਼ਵਤ ਮੰਗੀ ਗਈ ਸੀ ਜਿਸ ਦਾ ਸੌਦਾ 8 ਲੱਖ ਵਿੱਚ ਤੈਅ ਹੋਇਆ ਸੀ ਤੇ ਪਹਿਲੀ ਕਿਸ਼ਤ 5 ਲੱਖ ਰੁਪਏ ਦਿੱਤੀ ਜਾ ਰਹੀ ਸੀ ਵਿਜੀਲੈਂਸ ਟੀਮ ਨੇ ਦੱਸਿਆ ਕਿ ਰੀਗਲ ਐਂਟਰਪ੍ਰਾਈਜ਼ਸ ਦੇ ਵਿੱਚ ਬਤੌਰ ਸਾਈਟ ਕੰਟਰੋਲਰ ਨੌਕਰੀ ਕਰਦੇ ਜਸਪ੍ਰੀਤ ਸਿੰਘ ਨੇ ਸ਼ਿਕਾਇਤ ਕੀਤੀ ਸੀ ਕਿ ਉਸ ਦੀ ਕੰਪਨੀ ਨੇ ਪਿੰਡ ਕਗਵਾਲ ਦੇ ਵਿੱਚੋਂ ਮਿੱਟੀ ਚੁੱਕਣ ਦੇ ਲਈ 41,10,117 ਰੁਪਏ ਸਰਕਾਰੀ ਫੀਸ ਮਾਈਨਿੰਗ ਵਿਭਾਗ ਨੂੰ ਜਮ੍ਹਾਂ ਕਰਵਾਈ ਫਿਰ ਉਹਨਾਂ ਨੂੰ ਪਤਾ ਲੱਗਾ ਕਿ ਮਿੱਟੀ ਚੁੱਕਣ ਵਾਲੀ ਜ਼ਮੀਨ ਜੰਗਲਾਤ ਵਿਭਾਗ ਦੀ ਹੈ ਇਸ ਕਰਕੇ ਉਹਨਾਂ ਨੇ ਮਾਈਨਿੰਗ ਵਿਭਾਗ ਨੂੰ ਰਾਇਲਟੀ ਟਰਾਂਸਫਰ ਕਰਨ ਦੀ ਦਰਖਾਸਤ ਦਿੱਤੀ ਜਿਸ ਤੋਂ ਬਾਅਦ ਸਾਰਾ ਰਿਸ਼ਵਤ ਲੈਣ ਦਾ ਮਾਮਲਾ ਸ਼ੁਰੂ ਹੋਇਆ ਤੇ ਆਖਿਰਕਾਰ ਐਕਸੀਅਨ ਤੇ ਐਸਡੀਓ 5 ਲੱਖ ਦੀ ਰਿਸ਼ਵਤ ਲੈਂਦੇ ਫੜੇ ਗਏ ਵਿਜੀਲੈਂਸ ਨੇ ਆਮਦਨ ਤੋਂ ਵੱਧ ਜਾਇਦਾਦ ਰੱਖਣ ਦੇ ਦੋਸ਼ 'ਤੇ ਗ੍ਰਿਫਤਾਰ ਕੀਤੇ ਗਏ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਓਪੀ ਸੋਨੀ ਦੇ ਖਿਲਾਫ ਅੰਮ੍ਰਿਤਸਰ ਦੇ ਵਿਧਿਕ ਸੈਸ਼ਨ ਜੱਜ ਦੀ ਅਦਾਲਤ ਵਿੱਚ ਚਲਾਨ ਪੇਸ਼ ਕਰ ਦਿੱਤਾ ਹੈ ਕੇਸ ਦਰਜ ਹੋਣ ਤੋਂ 60 ਦਿਨਾਂ ਦੀ ਮਿਆਦ ਖਤਮ ਹੋਣ ਤੋਂ ਪਹਿਲਾਂ ਵਿਜੀਲੈਂਸ ਬਿਊਰੋ ਨੂੰ ਚਲਾਨ ਪੇਸ਼ ਕਰਨਾ ਪੈਂਦਾ ਹੈ ਮਾਮਲੇ ਦੀ ਅਗਲੀ ਜਾਂਚ ਜਾਰੀ ਹੈ ਉਧਰ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਮੀਡੀਆਸ ਲਾ ਕਰ ਰਹੇ ਭਰਤਿੰਦਰ ਸਿੰਘ ਚਾਲ ਨੂੰ ਹਾਲੇ ਤੱਕ ਵਿਜੀਲੈਂਸ ਦੀਆਂ ਟੀਮਾਂ ਲੱਭ ਨਹੀਂ ਸਕੀਆਂ ਇਸ ਕਰਕੇ ਕੱਲ ਚਾਲ ਦੇ ਘਰ ਦੀ ਤਲਾਸ਼ੀ ਲੈਣ ਦੇ ਲਈ ਟੀਮ ਉਹਨਾਂ ਦੇ ਸਥਾਨਿਕ ਤਵਕਲੀ ਮੋੜ ਪਟਿਆਲਾ ਵਿਚਲੇ ਘਰ ਪਹੁੰਚੀ ਡੀਐਸਪੀ ਸਤਪਾਲ ਸ਼ਰਮਾ ਦੀ ਅਗਵਾਈ ਹੇਠਲੀ ਟੀਮ ਘਰ ਦੀ ਤਲਾਸ਼ੀ ਲੈਣ ਲਈ ਅਦਾਲਤ ਤੋਂ ਪ੍ਰਾਪਤ ਕੀਤੇ ਸਰਚ ਵਾਰੰਟਾ ਸਮੇਤ ਪਹੁੰਚੀ ਸੀ ਪਰ ਘਰ ਦੇ ਸਾਰੇ ਕਮਰਿਆਂ ਤੇ ਹੋਰ ਮੁੱਖ ਥਾਵਾਂ ਤੇ ਜਿੰਦਰੇ ਲੱਗੇ ਹੋਏ ਮਿਲੇ ਜਿਸ ਕਰਕੇ ਵਿਜੀਲੈਂਸ ਨੂੰ ਬਿਨਾਂ ਕੋਈ ਕਾਰਵਾਈ ਕੀਤੇ ਖਾਲੀ ਹੱਥ ਹੀ ਪਰਤਣਾ ਪਿਆ ਤੇ ਹੁਣ ਵਿਜੀਲੈਂਸ ਵੱਲੋਂ ਮੁੜ ਤੋਂ ਅਦਾਲਤ 'ਚ ਪਹੁੰਚ ਕੀਤੀ ਜਾਵੇਗੀ ਤੇ ਅਗਲੀ ਰੀ ਕਾਰਵਾਈ ਲਈ ਲੁੜਿੰਦੀ ਘਰ ਦੀ ਤਲਾਸ਼ੀ ਲੈਣ ਦੀ ਕਾਰਵਾਈ ਨੂੰ ਯਕੀਨੀ ਬਣਾਇਆ ਜਾਊਗਾ ਚਾਲ ਖਿਲਾਫ ਲੰਗੀ ਮਹੀਨੇ 2 ਅਗਸਤ ਨੂੰ ਵੱਖ-ਵੱਖ ਭ੍ਰਿਸ਼ਟਾਚਾਰੀਆਂ ਧਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਸੀ ਉਦੋਂ ਤੋਂ ਲੈ ਕੇ ਭਰਤਿੰਦਰ ਸਿੰਘ ਚਾਲ ਲਗਾਤਾਰ ਲਾਪਤਾ ਨੇ ਪੰਜਾਬ ਦੇ ਖਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਨੇ ਕੱਲ ਪਿੰਡੂ ਦੇ ਖੇਤ ਮਜ਼ਦੂਰ ਜਥੇਬੰਦੀਆਂ ਦੇ ਸਾਂਝੇ ਮੋਰਚੇ ਦੇ ਵਫਦ ਨਾਲ ਮੀਟਿੰਗ ਕੀਤੀ ਅਤੇ ਕਈ ਅਹਿਮ ਫੈਸਲੇ ਲਏ ਮੀਟਿੰਗ ਦੌਰਾਨ ਵਿੱਤ ਮੰਤਰੀ ਨੇ ਪੰਚਾਇਤ ਵਿਭਾਗ ਦੇ ਡਾਇਰੈਕਟਰ ਨੂੰ ਹੁਕਮ ਕੀਤਾ ਕਿ ਮਜ਼ਦੂਰਾਂ ਨੂੰ ਅਲਾਟ ਕੀਤੀ ਪਲਾਟਾਂ ਦਾ ਕਬਜ਼ਾ 1 ਮਹੀਨੇ ਦੇ ਅੰਦਰ-ਅੰਦਰ ਉਨ੍ਹਾਂ ਨੂੰ ਦਿੱਤਾ ਜਾਵੇ ਮੰਤਰੀ ਨੇ ਪਟਿਆਲਾ ਜ਼ਿਲ੍ਹੇ ਦੇ ਪਿੰਡ ਮੰਡੋਰ ਦੇ ਵਿੱਚ ਮਜ਼ਦੂਰਾਂ ਦੇ ਤੀਜੇ ਹਿੱਸੇ ਦੀ ਪੰਚਾਇਤੀ ਜ਼ਮੀਨ ਦੀ ਹੋਈ ਡੰਮੀ ਬੋਲੀ ਦੇ ਜ਼ਾਹਿਰਾ ਤੇ ਪੁਖਤਾ ਸਬੂਤਾਂ ਦੇ ਆਧਾਰ ਤੇ 3 ਦਿਨਾਂ ਚ ਪਰਤਾਲ ਕਰਕੇ ਇਸ ਨੂੰ ਰੱਦ ਕਰਨ ਦੀ ਹੁਕਮ ਵੀ ਦਿੱਤੇ ਨੇ ਤੇ ਇਸ ਮਾਮਲੇ ਦੇ ਵਿੱਚ ਜੇਲ੍ਹ ਚ ਬੰਦ ਮਜ਼ਦੂਰਾਂ ਨੂੰ ਵੀ ਪੜਤਾਲੀਆ ਰਿਪੋਰਟ ਦੇ ਆਧਾਰ ਤੇ ਛੇਤੀ ਰਿਹਾ ਕਰਨ ਦਾ ਭਰੋਸਾ ਦਿੱਤਾ ਗਿਆ ਇਸ ਦੇ ਇਲਾਵਾ ਮਜ਼ਦੂਰ ਮਨ ਲਈਆਂ ਗਈਆਂ। ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਕੱਲ ਸਿੱਖ ਜਥੇਬੰਦੀਆਂ ਨੇ ਸ਼ਹੀਦ ਭਾਈ ਦਲਾਵਰ ਸਿੰਘ ਦੀ ਵਰਸੀ ਮਨਾਈ। ਸਭ ਤੋਂ ਪਹਿਲਾਂ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ। ਉਪਰੰਤ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੇ ਗ੍ਰੰਥੀ ਗਿਆਨੀ ਬਲਜੀਤ ਸਿੰਘ, ਸ਼੍ਰੀ ਅਕਾਲ ਤਖਤ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਮਲਕੀਤ ਸਿੰਘ ਤੇ ਪੰਜ ਪਿਆਰਿਆਂ ਦੇ ਵਿੱਚ ਸ਼ਾਮਲ ਦੋ ਸਿੰਘਾਂ ਨੇ ਸ਼ਹੀਦਾਂ ਦੇ ਪਰਿਵਾਰਿਕ ਮੈਂਬਰਾਂ ਨੂੰ ਸਿਰੋਪਾਓ ਭੇਟ ਕੀਤੇ। ਵਰਸੀ ਸਮਾਗਮ ਦੌਰਾਨ ਹਵਾਰਾ ਕਮੇਟੀ ਦੇ ਮੈਂਬਰ ਪ੍ਰੋਫੈਸਰ ਬਲਜਿੰਦਰ ਸਿੰਘ ਨੇ ਵਧਾਵਾ ਸਿੰਘ ਬੱਬਰ ਦਾ ਸੰਦੇਸ਼ ਪੜ੍ਹਿਆ। ਤੇ ਬਾਪੂ ਗੁਰਚਰਨ ਸਿੰਘ ਨੇ ਜਗਤਾਰ ਸਿੰਘ ਹਵਾਰਾ ਦਾ ਸੰਦੇਸ਼ ਪੜ੍ਹ ਕੇ ਸੁਣਾਇਆ ਇਸ ਤੋਂ ਇਲਾਵਾ ਗੁਰਦੁਆਰਾ ਸ਼ਹੀਦ ਗੰਜ ਵਿਖੇ ਇੱਕ ਵੱਖਰਾ ਸਮਾਗਮ ਹੋਇਆ ਜਿੱਥੇ ਢਾਡੀ ਸਿੰਘਾਂ ਦੇ ਕਵੀਸ਼ਰਾਂ ਨੇ ਦਲਾਵਰ ਸਿੰਘ ਨੂੰ ਸ਼ਰਧਾਂਜਲੀ ਦਿੱਤੀ ਇੱਥੇ ਵੀ ਪਰਿਵਾਰਾਂ ਨੂੰ ਸਨਮਾਨਿਤ ਕੀਤਾ ਗਿਆ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਿੱਚ 6 ਸਤੰਬਰ ਨੂੰ ਹੋਣ ਵਾਲੀਆਂ ਵਿਦਿਆਰਥੀ ਕੌਂਸਲ ਦੀਆਂ ਚੋਣਾਂ ਦੇ ਲਈ ਕੱਲ ਵੱਖ-ਵੱਖ ਪਾਰਟੀਆਂ ਨਾਲ ਸੰਬੰਧਿਤ ਉਮੀਦਵਾਰਾਂ ਨੇ ਡੀਐਸਡਬਲਿਊ ਦਫ਼ਤਰ ਦੇ ਵਿੱਚ ਆਪੋ ਆਪਣੇ ਨਾਮੀਨੇਸ਼ਨ ਦਾਖਲ ਕਰ ਦਿੱਤੇ ਨਾਮਜ਼ਦਗੀਆਂ ਦੇ ਵਿੱਚ ਪ੍ਰਧਾਨਗੀ ਦੇ ਅਹੁਦੇ ਲਈ ਕੁੱਲ 26 ਉਮੀਦਵਾਰ ਪ੍ਰਧਾਨ ਦੇ ਅਹੁਦੇ ਲਈ 29 77 ਲਈ 21 ਜਦ ਕਿ ਸੰਯੁਕਤ ਸਕੱਤਰ ਦੇ ਅਹੁਦੇ ਲਈ 23 ਉਮੀਦਵਾਰਾਂ ਨੇ ਨਾਮਜ਼ਦਗੀਆਂ ਭਰੀਆਂ ਨੇ ਪਤਾ ਲੱਗਿਆ ਕਿ ਕੱਲ ਪਰੇ ਨਾਮਜ਼ਦਗੀ ਪੱਤਰਾਂ ਦੇ ਵਿੱਚ ਵੱਖ-ਵੱਖ ਵਿਦਿਆਰਥੀ ਜਥੇਬੰਦੀਆਂ ਨੇ ਆਪੋ ਆਪਣੇ ਉਮੀਦਵਾਰਾਂ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਡੰਮੀ ਉਮੀਦਵਾਰਾਂ ਦੇ ਕਾਗਜ਼ ਵੀ ਭਰਵਾਏ ਨੇ ਤਾਂ ਜੋ ਕਿਸੇ ਵੀ ਢੰਗ ਨਾਲ ਇੱਕ ਉਮੀਦਵਾਰ ਦੀ ਨਾਮਜ਼ਦਗੀ ਰੱਦ ਹੋਣ ਦੇ ਬਾਵਜੂਦ ਦੂਜੇ ਦੀ ਉਮੀਦਵਾਰੀ ਕਾਇਮ ਰਹਿ ਸਕੇ ਨਾਮਜ਼ਦਗੀਆਂ ਪਰਨਮੋਕੇ ਡੀਵੀ ਕਾਲਜ ਸੈਕਟਰ 10 ਦੇ ਵਿੱਚ ਦੋ ਵਿਦਿਆਰਥੀ ਧਿਰਾਂ ਦੀ ਤਕਰਾਰ ਹੋ ਗਈ ਦੋਵੇਂ ਜਥੇਬੰਦੀਆਂ ਦੇ ਮੈਂਬਰਾਂ ਨੇ ਇੱਕ ਦੂਜੇ ਵਿਰੁੱਧ ਨਾਰੇ ਲਾਏ ਪਰ ਪੁਲਿਸ ਤੇ ਕਾਲਜ ਪ੍ਰਸ਼ਾਸਨ ਨੇ ਵਿਦਿਆਰਥੀਆਂ ਨੂੰ ਕਾਲਜ ਵਿੱਚੋਂ ਬਾਹਰ ਕੱਢ ਦਿੱਤਾ ਵਿਦਿਆਰਥੀ ਆਗੂਆਂ ਨੇ ਦੋਸ਼ ਲਾਇਆ ਕਿ ਕਾਲਜ ਵਿੱਚੋਂ ਜਿਹੀ ਨੌਜਵਾਨ ਵੀ ਆਏ ਸਨ ਜਿਹੜੇ ਕਿ ਕਾਲਜ ਦੇ ਵਿਦਿਆਰਥੀ ਹੀ ਨਹੀਂ ਸਨ ਤੇ ਉਹਨਾਂ ਵਿਦਿਆਰਥੀਆਂ ਖਿਲਾਫ ਪੁਲਿਸ ਅਧਿਕਾਰੀਆਂ ਨੂੰ ਮੌਕੇ ਤੇ ਸ਼ਿਕਾਇਤ ਵੀ ਕੀਤੀ ਗਈ। ਸੋ ਕੁੱਲ ਮਿਲਾ ਕੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਿੱਚ ਇਸ ਵਕਤ ਚੋਣਾਂ ਦਾ ਮਾਹੌਲ ਪੂਰਾ ਭਖਿਆ ਹੋਇਆ ਹੈ। 6 ਸਤੰਬਰ ਨੂੰ ਕਿਸ ਦੀ ਝੋਲੀ ਵਿੱਚ ਜਿੱਤ ਪਵੇਗੀ? ਇਹ ਤਾਂ ਹੁਣ ਵਿਦਿਆਰਥੀ ਵੋਟਰ ਹੀ ਫੈਸਲਾ ਕਰਨਗੇ। ਚੰਡੀਗੜ੍ਹ ਵਾਸੀਆਂ ਦੇ ਲਈ ਇੱਕ ਹੋਰ ਅਹਿਮ ਖਬਰ ਦੱਸ ਦਿੰਨੇ ਆ ਕਿ ਯੂਟੀ ਪ੍ਰਸ਼ਾਸਨ ਨੇ ਸਿਟੀ ਬਿਊਟੀਫੁੱਲ ਨੂੰ ਸੋਲਰ ਸਿਟੀ ਬਣਾਉਣ ਦੇ ਲਈ ਕੋਸ਼ਿਸ਼ਾਂ ਨੂੰ ਤੇਜ਼ ਕਰ ਦਿੱਤਾ ਹੈ। ਛੇਤੀ ਹੀ ਸ਼ਹਿਰ ਵਿੱਚ ਲੋਕਾਂ ਦੇ ਘਰਾਂ ਦੀਆਂ ਛੱਤਾਂ ਤੇ ਮੁਫਤ ਵਿੱਚ ਸੂਰਜੀ ਊਰਜਾ ਪਲਾਂਟ ਲਾਏ ਜਾਣਗੇ। ਇਸ ਦੇ ਲਈ UT ਪ੍ਰਸ਼ਾਸਨ ਨੇ ਚੰਡੀਗੜ ਰੀਨਿਊਏਬਲ એનર્ਜੀ ਸਾਇੰਸ ਐਂਡ ਟੈਕਨੋਲੋਜੀ ਪ੍ਰੋਮੋਸ਼ਨ ਸੁਸਾਇਟੀ ਨੂੰ ਯਾਨਕਿ ਕਰਸਟ ਨੂੰ ਹੀ ਪਲਾਂਟ ਲਾਉਣ ਚਲਾਉਣ ਤੇ ਟ੍ਰਾਂਸਫਰ ਕਰਨ ਦੀ ਪ੍ਰਵਾਨਗੀ ਦਿੱਤੀ ਹੈ ਇਸ ਨੂੰ ਲਗਾਉਣ ਚਲਾਉਣ ਤੇ ਟ੍ਰਾਂਸਫਰ ਕਰਨ ਦੀ ਮਿਆਦ 22 ਸਾਲ ਰੱਖੀ ਗਈ ਹੈ ਤੇ ਸੂਰਜੀ ਊਰਜਾ ਪਲਾਂਟ ਲੱਗਣ ਤੋਂ ਬਾਅਦ ਮਕਾਨ ਮਾਲਕਾਂ ਨੂੰ 3 ਰੁਪਏ 23 ਪੈਸੇ ਪ੍ਰਤੀ ਯੂਨਿਟ ਦੀ ਦਰ ਨਾਲ ਬਿਜਲੀ ਮਿਲੇਗੀ ਜੋ ਕਿ ਹੁਣ ਮਿਲ ਰਹੀ ਬਿਜਲੀ ਤੋਂ ਕਾਫੀ ਸਸਤਾਪਾ ਹੈ ਪਹਿਲਾਂ ਪ੍ਰਸ਼ਾਸਨ ਨੇ 500 ਵਰਗ ਗਾਜ ਜਾਂ ਫਿਰ ਇਸ ਤੋਂ ਵੱਧ ਦੇ ਘਰਾਂ ਦੇ ਲਈ ਛੱਤ ਤੇ ਸੌਰ ਊਰਜਾ ਪਲਾਂਟ ਲਾਉਣੇ ਲਾਜ਼ਮੀ ਕੀਤੇ ਸਨ ਤੇ ਨਵੇਂ ਮਾਡਲ ਤਹਿਤ ਘਰ ਦੇ ਮਾਲਕ ਨੂੰ 5 ਕਿਲੋਵਾਟ ਪਾਵਰ ਦੇ ਸੌਰ ਊਰਜਾ ਪਲਾਂਟ ਲਈ ਲਗਭਗ 500 ਵਰਗ ਫੁੱਟ ਜਗ੍ਹਾ ਦੇਣੀ ਹੋਵੇਗੀ ਪੰਜਾਬ ਦੀਆਂ ਵੱਡੀਆਂ ਖਬਰਾਂ ਦੇ ਇਸ ਖਾਸ ਬੁਲੇਟਨ ਦੇ ਵਿੱਚ ਕੁਝ ਹੋਰ ਖਬਰਾਂ ਵਿਸਤਾਰ ਨਾਲ ਤੁਹਾਨੂੰ ਦੱਸਦੇ ਹਾਂ ਮੁੜਕੜ ਬੋਤੀ ਬੋਰਡ ਥੱਲੇ ਵੱਡੀ ਖਬਰ ਅਸੀਂ ਤੁਹਾਨੂੰ ਦੱਸ ਰਹੇ ਹਾਂ ਕਿਉਂਕਿ ਪੰਜਾਬ ਸਰਕਾਰ ਨੇ ਆਪਣੇ ਇੱਕ ਹੋਰ ਫੈਸਲੇ ਤੋਂ ਯੂ ਟਰਨ ਲੈ ਲਿਆ ਤੇ ਜਦੋਂ ਤੋਂ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ ਇਹ ਕੋਈ ਪਹਿਲੀ ਵਾਰੀ ਨਹੀਂ ਹੈ ਜਦੋਂ ਸਰਕਾਰ ਆਪਣੇ ਫੈਸਲੇ ਤੋਂ ਪਿੱਛੇ ਹਟੀ ਹੋਵੇ ਇਸ ਤੋਂ ਪਹਿਲਾਂ ਵੀ ਕਈ ਅਜਿਹੇ ਮੌਕੇ ਆਏ ਨੇ ਜਦੋਂ ਮਾਨ ਸਰਕਾਰ ਯੂ ਟਰਨ ਲੈਂਦੀ ਰਹੀ ਹੈ ਸਰਕਾਰ ਨੇ ਇਸਵਰੀ ਪੰਚਾਇਤਾਂ ਭੰਗ ਕਰਨ ਦੇ ਮਸਲੇ ਤੇ ਯੂ ਟਰਨ ਲਿਆ ਹੈ ਫੈਸਲਾ ਵਾਪਸ ਲੈਣ ਦਾ ਐਲਾਨ ਕਰ ਦਿੱਤਾ ਹੈ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਚੀਫ ਜਸਟਿਸ ਰਵੀ ਸ਼ੰਕਰ ਚਾਹ ਦੀ ਅਗਵਾਈ ਵਾਲੇ ਬੈਂਚ ਪੂਰੇ ਪੇਸ਼ ਹੋ ਕੇ ਪੰਜਾਬ ਦੇ ਐਡਵੋਕੇਟ ਜਰਨਲ ਵਿਨੋਦ ਕਈ ਨੇ ਕਿਹਾ ਕਿ ਅਗਲੇ 2 ਦਿਨਾਂ ਚ ਨੋਟੀਫਿਕੇਸ਼ਨ ਵਾਪਸ ਲੈ ਲਿਆ ਜਾਊਗਾ ਇਸ ਤੋਂ ਬਾਅਦ ਪੰਚਾਇਤਾਂ ਬਹਾਲ ਕਰ ਦਿੱਤੀਆਂ ਜਾਣਗੀਆਂ ਪੰਜਾਬ ਸਰਕਾਰ ਨੇ ਜਦੋਂ ਇਹ ਫੈਸਲਾ ਲਿਆ ਸੀ ਐਲਾਨ ਕੀਤਾ ਸੀ ਅਗਸਤ ਮਹੀਨੇ ਦੇ ਵਿੱਚ ਹੀ ਤਾਂ ਪੂਰੇ ਪੰਜਾਬ ਦੇ ਵਿੱਚ ਇਸ ਦਾ ਵਿਰੋਧ ਹੋਇਆ ਸੀ ਆਮ ਲੋਕਾਂ ਤੋਂ ਲੈ ਕੇ ਸਰਪੰਚਾਂ ਤੋਂ ਲੈ ਕੇ ਪਿੰਡਾਂ ਦੀਆਂ ਪੰਚਾਇਤਾਂ ਤੋਂ ਲੈ ਕੇ ਸਿਆਸਤਦਾਨਾਂ ਨੇ ਵੀ ਸਰਕਾਰ ਦੇ ਖਿਲਾਫ ਭੰਡੀ ਪ੍ਰਚਾਰ ਕੀਤਾ ਸੀ ਦਰਅਸਲ ਪੰਜਾਬ ਸਰਕਾਰ ਦੇ ਵੱਲੋਂ ਪੰਚਾਇਤਾਂ ਭੰਗ ਕਰਨ ਦਾ ਨੋਟੀਫਿਕੇਸ਼ਨ ਜਿਵੇਂ ਹੀ ਜਾਰੀ ਕੀਤਾ ਗਿਆ ਉਸ ਤੋਂ ਬਾਅਦ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਲੋਕ ਪਟੀਸ਼ਨਾਂ ਲੈ ਕੇ ਪਹੁੰਚ ਗਏ ਇੱਕ ਪਟੀਸ਼ਨ ਦਾਇਰ ਕੀਤੀ ਅਕਾਲੀ ਦਲ ਦੇ ਲੀਡਰ ਨੇ ਤੇ ਇੱਕ ਪਟੀਸ਼ਨ ਹੈ ਜਿਹੜੀ ਉਹ ਪੰਚਾਇਤੀ ਨੁਮਾਇੰਦਿਆਂ ਨੇ ਦਾਇਰ ਕੀਤੀ ਪਟੀਸ਼ਨ ਵਿੱਚ ਕਿਹਾ ਗਿਆ ਕਿ 10 ਅਗਸਤ ਦਾ ਸਰਕਾਰ ਦਾ ਨੋਟੀਫਿਕੇਸ਼ਨ ਪੂਰੀ ਤਰ੍ਹਾਂ ਨਾਜਾਇਜ਼ ਹੈ ਪੰਜਾਬ ਦੀਆਂ ਸਾਰੀਆਂ ਪੰਚਾਇਤਾਂ ਨੂੰ ਚੁਣੇ ਹੋਏ ਪ੍ਰਤੀਨਿਧੀਆਂ ਦੇ ਕਾਰਜਕਾਲ ਦੀ ਸਮਾਪਤੀ ਤੋਂ ਪਹਿਲਾਂ ਗਲਤ ਤਰੀਕੇ ਨਾਲ ਭੰਗ ਕੀਤਾ ਗਿਆ ਹੈ ਸਰਪੰਚਾਂ ਨੇ ਜਦਕਿ ਜਨਵਰੀ 2019 ਦੇ ਵਿੱਚ ਸਰਪੰਚੀ ਦੇ ਜੋਨ जितਕੇ ਕੰਮ ਸੰਭਿਆ ਸੀ ਤੇ ਕਾਰਜਕਾਲ ਜਨਵਰੀ 2024 ਤੱਕ ਦਾ ਬਣਦਾ ਪੂਰੇ 5 ਸਾਲ ਪਰ ਸੂਬਾ ਸਰਕਾਰ ਨੇ ਤਾਂ 31 ਦਸੰਬਰ ਤੱਕ ਪੰਚਾਇਤਾਂ ਚੋਣਾਂ ਪੰਚਾਇਤੀ ਚੋਣਾਂ ਕਰਵਾਉਣ ਦਾ ਫੈਸਲਾ ਲੈ ਲਿਆ ਤੇ ਉਸ ਤੋਂ ਵੀ 4 ਮਹੀਨੇ ਪਹਿਲਾਂ ਪੰਚਾਇਤਾਂ ਭੰਗ ਕਰ ਦਿੱਤੀਆਂ ਨੇ ਤੇ ਪੰਜਾਬ ਨੂੰ ਖਾਸ ਕਰਕੇ ਪਿੰਡਾਂ ਨੂੰ ਲਵਾਰਿਸ ਛੱਡ ਦਿੱਤਾ ਜਿਹੜੀ ਤਾਜ਼ਾ ਸੁਣਵਾਈ ਹੋਈ ਹੈ 31 ਅਗਸਤ ਨੂੰ ਸੁਣਵਾਈ ਹੋਈ ਹੈ ਉਸ ਦੇ ਵਿੱਚ ਹੁਣ ਪੰਜਾਬ ਸਰਕਾਰ ਨੂੰ ਦੱਸਣਾ ਪੈ ਗਿਆ ਕਿ ਅਸੀਂ ਆਪਣੇ ਫੈਸਲੇ ਤੋਂ ਪਿੱਛੇ हट ਗਏ ਹ ਪਿਛਲੀ ਸੁਣਵਾਈ ਦੇ ਵਿੱਚ ਚੀਫ ਜਸਟਿਸ ਦੀ ਅਗਵਾਈ ਵਾਲੇ ਡਬਲ ਬੈਂਚ ਨੇ ਸਰਕਾਰ ਤੋਂ ਚਾਹੇ ਅਸੀਂ ਕਿ ਕਿ ਤੁਸੀਂ ਕੋਈ ਸਰਵੇ ਕਰਵਾਇਆ ਸੀ ਤੇ ਅਜੇ ਹੁਣ ਤੁਹਾਨੂੰ ਕੀ ਮਿਲਿਆ ਕਿ ਤੁਸੀਂ ਪੰਚਾਇਤਾਂ ਨੂੰ ਹੀ ਭੰਗ ਕਰ ਦਿੱਤਾ ਚੁਣੇ ਹੋਏ ਨੁਮਾਇੰਦਿਆਂ ਤੋਂ ਉਹਨਾਂ ਦੀਆਂ ਤਾਕਤਾਂ ਹੀ ਖੋ ਲਈਆਂ ਇਹ ਤੁਸੀਂ ਕਿਵੇਂ ਕੀਤਾ ਇਸ ਬੈਂਚ ਨੇ ਸਰਕਾਰ ਤੋਂ ਰਿਕਾਰਡ ਤਲਬ ਕੀਤਾ ਸੀ ਕਿ ਉਹ ਫੈਸਲਾ ਸਾਡੇ ਸਾਹਮਣੇ ਲਿਆਂਦਾ ਜਾਵੇ ਜਿਸ ਤਹਿਤ ਪੰਚਾਇਤਾਂ ਭੰਗ ਕੀਤੀਆਂ ਗਈਆਂ ਨੇ ਜ਼ਾਹਰ ਤੌਰ ਤੇ ਸਰਕਾਰ ਕੋਲ ਕੋਈ ਠੋਸ ਜਵਾਬ ਹੋਣਾ ਨਹੀਂ ਜਿਸ ਕਰਕੇ ਹੁਣ ਸਰਕਾਰ ਦੀ ਕਿਰਕਰੀ ਹੋਈ ਹੈ ਜਦ ਕਿ ਪੰਜਾਬ ਦੇ ਏਜੀ ਵਿਕਾਸ ਮੋਹਨ ਗੁਪਤਾ ਹੁਣ ਸਰਕਾਰ ਦਾ ਬਚਾਅ ਕਰ ਰਹੇ ਨੇ ਕਹਿੰਦੇ ਸੀਐਮ ਮਾਨ ਦਾ ਇੱਕੋ ਇੱਕ ਮਕਸਦ ਹੈ ਲੋਕਤੰਤ੍ਰਿਕ ਸਿਸਟਮ ਉਸ ਉਹ ਲਗਾਤਾਰ ਕਹਿੰਦੇ ਚੱਲਦਾ ਰਹਿਣਾ ਚਾਹੀਦਾ ਵਕੀਲ ਨੇ ਦੱਸਿਆ ਕਿ ਮੁੱਖ ਮੰਤਰੀ ਮਾਨ ਦੇ ਧਿਆਨ ਚ ਆਇਆ ਸੀ ਕਿ ਹੜ੍ਹਾਂ ਦੀ ਸਥਿਤੀ ਵਿੱਚ ਸਾਡੇ ਬਹੁਤ ਸਾਰੇ ਅਫਸਰ ਗਰਦੌਰੀਆਂ ਵਿੱਚ ਬਿਜ਼ੀ ਨੇ ਇਸ ਕਰਕੇ ਜੇ ਸੀ ਉਹਨਾਂ ਅਫਸਰਾਂ ਨੂੰ ਐਡਮਿਨਿਸਟ੍ਰੇਸ਼ਨ ਦੇ ਵਿੱਚ ਲਾ ਦੇਾਂਗੇ ਤਾਂ ਸਭ ਕੁਝ ਵਿਗੜ ਸਕਦਾ ਹੈ ਇਸ ਕਰਕੇ ਇਸ ਫੈਸਲੇ ਦੀ ਕੋਖ ਤੱਕ ਜਾਣ ਤੋਂ ਚੰਗਾ ਹੈ ਕਿ ਫੈਸਲਾ ਹੀ ਵਾਪਸ ਲੈ ਲਿਆ ਜਾਵੇ ਇਸ ਕਰਕੇ ਕਹਿੰਦੇ ਪੰਚਾਇਤਾਂ ਬਹਾਲ ਕੀਤੀਆਂ ਗਈਆਂ ਨੇ ਦੂਜੇ ਪਾਸੇ ਵਿਰੋਧੀ ਪਾਰਟੀਆਂ ਸਰਪੰਚਾਂ ਨੂੰ ਵਧਾਈ ਦੇ ਰਹੀਆਂ ਨੇ ਕਿਉਂਕਿ ਵਿਰੋਧੀ ਪਾਰਟੀਆਂ ਨੇ ਸਿਆਸੀ ਲੀਡਰਾਂ ਨੇ ਇਸ ਫੈਸਲੇ ਦਾ ਸਖਤ ਵਿਰੋਧ ਕੀਤਾ ਸੀ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਨੇ ਸਰਪੰਚਾਂ ਨੂੰ ਵਧਾਈ ਦਿੰਦੇ ਆਪਣੇ ਫੇਸਬੁੱਕ ਪੇਜ ਤੇ ਲਾਈਵ ਹੋ ਕੇ ਕਿਹਾ ਕਿ ਬੜੀ ਵੱਡੀ ਜਿੱਤ ਹੋਈ ਹੈ ਸਰਕਾਰ ਦੇ ਮੂੰਹ ਤੇ ਕਰਾਰੀ ਚਪੇੜ ਵੱਜੀ ਹੈ ਜੋ ਲੋਕਤੰਤਰ ਦੀ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਕਰ ਰਹੀ ਸੀ ਮੈਂ ਵਧ ਦੀ ਦਿਨਾ ਚੋਣਾ ਪੰਜਾਬ ਦੇ ਤਾਮਾਮ ਸਰਪੰਚਾਂ ਨੂੰ तमाम ਪੈਂਚਾਂ ਨੂੰ ਪੰਚਾਇਤਾਂ ਨੂੰ ਕਿ ਅੱਜ ਉਹ ਦੁਬਾਰੇ ਉਹਨਾਂ ਦੀਆਂ ਸਰਪੰਚੀਆਂ ਬਹਾਲ ਹੋ ਗਈਆਂ ਆ ਜਿਹੜਾ ਵਿਨੋਦ ਕਈ ਯਾਨੀ ਕਿ ਐਡਵੋਕੇਟ ਜਰਨਲ ਨੇ ਅੱਜ ਆਪਦੀ ਨੋਟੀਫਿਕੇਸ਼ਨ ਜਿਹੜੀ ਹੈ ਪੰਚਾਇਤਾਂ ਦੀ ਉਹ ਵਾਪਸ ਲੈ ਲਈਏ ਕਹਿਣ ਤੋਂ ਪਾ ਵੀ ਕਹਿ ਦਿੱਤਾ ਗਿਆ ਹੈ ਕਿ ਪੰਚਾਇਤ ਚੋਣਾਂ ਸਮੇਂ ਸਿਰ ਹੋਣਗੀਆਂ ਯਾਨੀ ਕਿ ਜਦੋਂ ਸਮਾਂ ਹੋਏਗਾ ਉਦੋਂ ਹੋਣੀ ਆ ਤੇ ਸਾਰੇ ਸਰਪੰਚ ਜਿਹੜੇ ਆ ਉਹ ਬਹਾਲ ਹੋ ਗਏ ਨੇ ਔਰ ਜਿਹੜੀ ਉਹਨਾਂ ਦੇ ਫਾਈਨੈਂਸ਼ੀਅਲ ਸਟੇਕਸ ਹਨ ਯਾਨੀ ਕਿ ਪੈਸੇ ਪੂਸੇ ਜਿਨ੍ਹਾਂ ਨੇ ਦੇਣੇ ਸੀ ਜਾਂ ਪੈਸੇ ਲਾਉਣੇ ਸੀ ਜਿਨ੍ਹਾਂ ਨੂੰ ਲੋਨ ਨਹੀਂ ਦਿੱਤਾ ਜਾ ਰਿਹਾ ਸੀ ਉਹ ਵੀ ਹੁਣ ਆਪਦਾ ਉਹ ਪੂਰਾ ਕਰ ਸਕਦੇ ਆ ਸੋ ਬਹੁਤ ਵੱਡੀ ਆਪਣੀ ਜਿੱਤ ਹੋਈ ਹੈ ਮੈਂ ਸਮਝਦਾ ਕਿ ਇਹ ਲੋਕਤੰਤਰ ਦੀ ਜਿੱਤ ਹੈ ਔਰ ਪੰਜਾਬ ਦੇ ਸੱਚੀ ਆਵਾਜ਼ ਦੀ ਜਿੱਤ ਹੈ ਉਲਟ ਤੋਂ ਕਾਂਗਰਸ ਵਿਧਾਇਕ ਸੁਖਪਾਲ ਖੈਰਾਂ ਨੇ ਕਿਹਾ ਕਿ ਗ੍ਰਾਮ ਪੰਚਾਇਤਾਂ ਦੇ ਕਾਰਜਕਾਲ ਨੂੰ ਮਿਥੀ ਤਰੀਕ ਤੋਂ ਬਹੁਤ ਪਹਿਲਾਂ ਖਤਮ ਕਰਨ ਦੇ ਆਪਣੇ ਮੂਰਖਤਾ ਭਰੇ ਫੈਸਲੇ ਨੂੰ ਵਾਪਸ ਲੈਣ ਦੇ ਲਈ ਭਗਵੰਤ ਮਾਨ ਸਰਕਾਰ ਦਾ ਇੱਕ ਹੋਰ ਯੂ-ਟਰਨ ਇਹ ਇੱਕ ਗੈਰ ਸੰਵਿਧਾਨਿਕ ਫੈਸਲਾ ਸੀ ਜਿਸ ਨੂੰ ਹਾਈ ਕੋਰਟ ਚੁਣੌਤੀ ਦਿੱਤੀ ਗਈ ਅਸੀਂ ਸਰਪੰਚਾਂ ਤੇ ਹੋਰ ਚੁਣੇ ਹੋਏ ਨੁਮਾਇੰਦਿਆਂ ਨੂੰ ਉਹਨਾਂ ਦੇ ਮੁਰਬਸੇਬ ਤੇ ਵਧਾਈ ਦਿੰਦੇ ਹਾਂ ਅਕਾਲੀ ਲੀਡਰ ਦਲਜੀਤ ਸਿੰਘ ਚੀਮਾ ਨੇ ਵੀ ਕਿਹਾ ਕਿ ਮਜਬੂਰੀ ਕਰਕੇ ਪੰਜਾਬ ਸਰਕਾਰ ਨੂੰ ਫੈਸਲਾ ਵਾਪਸ ਲੈਣਾ ਪਿਆ ਤੇ ਆਪ ਸਰਕਾਰ ਦਾ ਲੋਕਤੰਤਰ ਵਿਰੋਧੀ ਚਿਹਰਾ ਨੰਗਾ ਹੋ ਗਿਆ ਕਹਿੰਦੇ ਅਦਾਲਤ ਵਿੱਚ ਸੌੜੇ ਸਿਆਸੀ ਵਿਚਾਰਾਂ ਦੇ ਲਈ ਜਾਰੀ ਸਤਾਨਾ ਸ਼ਾਹੀ ਨੋਟੀਫਿਕੇਸ਼ਨ ਦਾ ਬਚਾਅ ਕਰਨ ਦੇ ਲਈ ਸਰਕਾਰ ਦੇ ਕੋਲੇ ਕੋਈ ਕਾਨੂੰਨੀ ਦਲੀਲ ਨਹੀਂ ਸੀ ਇਸ ਕਰਕੇ ਸਰਕਾਰ ਨੂੰ ਇਹ ਫੈਸਲਾ ਕਹਿੰਦੇ ਵਾਪਸ ਲੈਣਾ ਹੀ ਪੈਣਾ ਸੀ ਪੰਜਾਬ ਸਰਕਾਰ ਨੇ ਅੱਜ ਪੰਚਾਇਤਾਂ ਨੂੰ ਭੰਗ ਕਰਨ ਦਾ ਜਿਹੜਾ ਨੋਟੀਫਿਕੇਸ਼ਨ ਕੀਤਾ ਸੀ ਉਹ ਵਜਬੂਰੀ ਵਸ ਵਾਪਸ ਲਿਆ ਕਿਉਂਕਿ ਹਾਈ ਕੋਰਟ ਦੇ ਵਿੱਚ ਬਹੁਤ ਸਾਰੀਆਂ ਪੰਚਾਇਤਾਂ ਨੇ ਕੇਸ ਕੀਤਾ ਹੋਇਆ ਸੀ ਔਰ ਸਰਕਾਰ ਕੋਲ ਕੋਈ ਵੀ ਤਰਕ ਨਹੀਂ ਸੀ ਹਾਈ ਕੋਰਟ ਨੂੰ ਸੰਤੁਸ਼ਟ ਕਰਨ ਵਾਸਤੇ ਅੱਜ ਉਮੀਦ ਸੀ ਕਿ ਅੱਜ ਐਡਵਰਸ ਜੱਜਮੈਂਟ ਜਿਹੜੀ ਹੈ ਉਹ ਸਰਕਾਰ ਦੇ ਖਿਲਾਫ ਆਏਗੀ ਕਿ 6 ਮਹੀਨੇ ਪਹਿਲਾਂ ਪੰਚਾਇਤਾਂ ਦਾ ਚੱਲਦਾ ਕੰਮ ਬੰਦ ਕਰਕੇ ਉਹਨਾਂ ਨੂੰ ਭੰਗ ਕਿਉਂ ਕੀਤਾ ਪਰ ਨਮੋਸ਼ੀ ਤੋਂ ਬਚਣ ਵਾਸਤੇ ਸਰਕਾਰ ਨੇ ਨੋਟੀਫਿਕੇਸ਼ਨ ਵਾਪਸ ਲੈ ਲਿਆ ਇਹ ਬਸ ਅਸਲ ਵਿੱਚ ਲੋਕਤੰਤਰ ਦੀ ਜਿੱਤਾ ਉਹ ਜਿਹੜਾ ਸਰਕਾਰ ਦਾ ਅਸਲੀ ਚਿਹਰਾ ਉਹ ਇਹਦੇ ਨਾਲ ਲੰਗਾ ਕਿ ਚੋਣੀਆਂ ਹੋਈਆਂ ਪੰਚਾਇਤਾਂ ਦਾ ਹੱਕ ਮਾਰ ਕੇ ਆਪਣੇ ਚਾਹੇਤਿਆਂ ਨੂੰ ਜਿਹੜਾ ਉਹ ਅਧਿਕਾਰ ਦੇਣੇ ਚਾਹੁੰਦੇ ਸੀ ਜਿਹੜਾ ਕਿ ਅੱਜ ਦੇ ਇਸ ਨੋਟੀਫਿਕੇਸ਼ਨ ਜਿਹੜਾ ਮਜਬੂਰੀ ਕਰਕੇ ਰੱਦ ਕਰਨਾ ਪਿਆ ਉਹਦੇ ਨਾਲ ਰੋਕਣਗੇ ਪੰਜਾਬ ਕਾਂਗਰਸ ਦੇ ਸੀਨੀਅਰ ਲੀਡਰ ਅਤੇ ਪੰਜਾਬ ਦੇ ਸਾਬਕਾ ਡਿਪਟੀ ਸੀਐਮ ਸੁਖਵਿੰਦਰ ਸਿੰਘ ਰੰਧਾਵਾ ਨੇ ਟਵੀਟ ਕਰਕੇ ਕਿਹਾ ਕਿ ਝੂਠੇ ਇਨਕਲਾਬੀਆਂ ਦੇ ਮੂੰਹ ਤੇ ਇੱਕ ਹੋਰ ਚਪੇੜ ਵੱਜੀ ਹੈ विधानसभा ਦੇ ਵਿੱਚ ਵਿਰੋਧੀ ਧਿਰ ਦੇ ਲੀਡਰ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਜਿਸ ਲੋਕਤੰਤਰ ਨੇ ਆਮ ਆਦਮੀ ਪਾਰਟੀ ਨੂੰ ਸੱਤਾ ਤੇ ਕਾਬਜ਼ ਕੀਤਾ ਉਸੇ ਲੋਕਤੰਤਰ ਦਾ ਗਲਾ ਘੁੱਟਣ ਦੀ ਕੋਸ਼ਿਸ਼ ਇਹ ਸਰਕਾਰ ਕਰ ਰਹੀ ਹੈ ਪੰਚਾਇਤਾਂ ਦੀ ਬਹਾਲੀ ਦਾ ਫੈਸਲਾ ਲੋਕਤੰਤਰ ਦੀ ਵੱਡੀ ਜਿੱਤ ਹੈ ਮੈਂ ਸਾਰੀਆਂ ਪੰਚਾਇਤਾਂ ਨੂੰ ਕਹਿੰਦੇ ਵਧਾਈ ਦਿੰਦਾ ਕਿ ਹੋਰ ਡਟ ਕੇ ਵਿਕਾਸ ਕਾਰਜ ਕਰਨ ਪੰਜਾਬ ਦੇ ਨਾਲ ਜੁੜੀ ਹੋਈ ਅਗਲੀ ਖਬਰ ਵੀ ਕਾਫੀ ਵੱਡੀ ਖਬਰ ਹੈ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਅਤੇ ਪੰਜਾਬ ਦੇ ਸਰਕਾਰੀ ਮੁਲਾਜ਼ਮਾਂ ਦੇ ਵਿਚਾਲੇ ਵੱਡਾ ਟਕਰਾ ਚੱਲ ਰਿਹਾ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਇਹਨਾਂ ਤੇ ਭ੍ਰਿਸ਼ਟਾਚਾਰੀਆਂ ਨੂੰ ਬਚਾਉਣ ਦਾ ਇਲਜ਼ਾਮ ਲਾ ਰਹੇ ਨੇ ਤਾਂ ਇਹ ਵੀ ਬਜ਼ਿੱਦ ਨੇ ਕਿ ਜੇ ਸਰਕਾਰ ਸਾਨੂੰ ਧਮਕਾਉਗੀ ਡਰਾਉਗੀ ਤਾਂ ਅਸੀਂ ਹੜਤਾਲ ਕਰਾਂਗੇ ਹੀ ਕਰਾਂਗੇ ਮੁੱਖ ਮੰਤਰੀ ਭਗਵੰਤ ਮਾਨ ਦੀ ਇੱਕ ਦਿਨ ਪਹਿਲਾਂ ਦਿੱਤੀ ਇੱਕ ਇੱਕ ਚੇਤਾਵਨੀ ਦਾ ਜਵਾਬ ਦੇਣ ਲਈ ਪਟਵਾਰੀ ਤੇ ਕਾਨੂੰਗੋ ਯੂਨੀਅਨ ਨੇ ਵੀ ਕੋਈ ਕਸਰ ਨਹੀਂ ਛੱਡੀ ਪ੍ਰੈਸ ਕਾਨਫਰੰਸ ਕੀਤੀ ਯੂਨੀਅਨ ਦੇ ਪ੍ਰਧਾਨ ਰਣਵੀਰ ਸਿੰਘ ਢੀਂਸਾਨ ਨੇ ਕਿਹਾ ਕਿ ਮੁੱਖ ਮੰਤਰੀ ਨੇ ਸਾਨੂੰ ਧਮਕੀ ਦਿੱਤੀ ਹੈ ਸਾਡੇ ਖਿਲਾਫ ਘਟੀਆ ਸ਼ਬਦਾਵਲੀ ਦੀ ਵਰਤੋਂ ਕੀਤੀ ਹੈ ਐਸਵਾ ਦੇ ਜ਼ਰੀਏ ਡਰਨ ਦੀ ਕੋਸ਼ਿਸ਼ ਕੀਤੀ ਹੈ ਪਰ ਜਿਵੇਂ ਪੰਚਾਇਤਾਂ ਨੂੰ ਰੱਦ ਦਾ ਫੈਸਲਾ ਬਦਲਿਆ ਇਹ ਵੀ ਉਹਨਾਂ ਨੂੰ ਬਦਲਣਾ ਹੀ ਪਊਗਾ ਉਹਨਾਂ ਕਿਹਾ ਕਿ ਅਸੀਂ ਆਪਣੇ ਹੱਕਾਂ ਦੀ ਲੜਾਈ ਲੜ ਰਹੇ ਹਾਂ ਪਰ ਸਰਕਾਰ ਸਾਨੂੰ ਧਮਕੀ ਦੇ ਕੇ ਦਬਾਉਣਾ ਚਾਹੁੰਦੀ ਹੈ ਯੂਨੀਅਨ ਨੇ ਐਲਾਨ ਕੀਤਾ ਕਿ ਜਿਨ੍ਹਾਂ 3000 ਸਰਕਲਾਂ ਦਾ ਸਰਕਲਾਂ ਦਾ ਵਾਧੂ ਚਾਰਜ ਅਸੀਂ ਲਿਆ ਸੀ ਉਥੇ ਪੈਨ ਡਾਊਨ ਹੜਤਾਲ ਹੁਣ ਤੋਂ ਹੀ ਸ਼ੁਰੂ ਹੈ ਅਸੀਂ ਵਾਧੂ ਕੰਮ ਨਹੀਂ ਕਰਾਂਗੇ ਹਾਲਾਂਕਿ ਹੜਤਾਲ ਦੌਰਾਨ ਉਹ ਸਿਰਫ ਉਸ ਪਟਵਾਰ ਸਰਕਲ ਦੇ ਨਾਲ ਸਬੰਧਿਤ ਕੰਮ ਜ਼ਰੂਰ ਕਰਨਗੇ ਜਿੱਥੇ ਉਹ ਤੈਨਾਤ ਨੇ ਮਾਲ ਸਰਕਲਾਂ ਦੇ ਵਿੱਚ ਕੋਈ ਕੰਮ ਨਹੀਂ ਕਰਨਗੇ ਜਿੱਥੇ ਪਟਵਾਰੀਆਂ ਦੀਆਂ ਅਸਾਮੀਆਂ ਖਾਲੀ ਪਈਆਂ ਨੇ ਸਿਰਫ ਇਨ੍ਹਾਂ ਨਹੀਂ ਯੂਨੀਅਨ ਨੇ ਕਲੈਕਟਰਾਂ ਨੂੰ ਚੇਤਾਵਨੀ ਦਿੱਤੀ ਹੈ ਕਿ ਜੇ ਉਹਨਾਂ ਨੇ ਸਾਡੇ ਤੇ ਦਬਾਅ ਪਾਇਆ ਤਾਂ ਅਸੀਂ ਕੱਲੇ-ਕੱਲੇ ਖਿਲਾਫ ਅਦਾਲਤ ਵਿੱਚ ਕੇਸ ਕਰਾਂਗੇ ਪੱਕੇ ਸਰਕਲਾਂ ਦੇ ਸਾਰੇ ਕੰਮ ਕੀਤੇ ਜਾਣਗੇ ਖੜਾ ਦੇ ਕੰਮ ਕੀਤੇ ਜਾਣਗੇ ਇਸ ਤੋਂ ਇਲਾਵਾ ਕੋਈ ਕੰਮ ਪਟਵਾਰੀ ਕਨਗੋ ਵੱਲੋਂ ਬਾਧੂ ਤੌਰ ਤੇ ਨਹੀਂ ਕੀਤਾ ਜਾਊਗਾ ਅਗਰ ਇਸ ਚੱਲਦੇ ਸੰਘਰਸ਼ ਦੇ ਵਿੱਚ ਪੰਜਾਬ ਦਾ ਕੋਈ ਵੀ ਕਲੈਕਟਰ ਕਿਸੇ ਸਾਡੇ ਕਨਗੋ ਨੂੰ ਕਿਸੇ ਸਾਡੇ ਪਟਵਾਰੀ ਨੂੰ ਬਾਧੂ ਕੰਮ ਥੋਪਣ ਦੀ ਕੋਸ਼ਿਸ਼ ਕਰਦਾ ਉਸ ਕਲੈਕਟਰ ਦੇ ਖਿਲਾਫ ਬਾਈ ਨੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦੇ ਤਹਿਤ ਮਾ ਜੋ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਵਿੱਚ ਦੀ ਰੈਵਨਿਊ ਪਟਵਾਰ ਯੂਨੀਅਨ ਆਫ ਰੈਵਨਿਊ ਕਨਗੋ ਐਡਮਿਨ 22 ਨੇ ਮੁਕਦਮਾ ਦਰਜ ਕਰਾਉਂਗੀ ਉੱਥੇ ਚਾਰਾ ਜੋਈ ਕਰੂਗੀ ਉਸ ਕਲੈਕਟਰ ਨੂੰ 22 ਨੇ ਪਾਰਟੀ ਬਣਾਇਆ ਜਾਊਗਾ ਜਿਹੜਾ ਸਾਡੇ ਕਿਸੇ ਪਟਵਾਰੀ ਨਾਲ ਕਿਸੇ ਕਨਗੋ ਨਾਲ ਉਹਦੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਕਰਦੇ ਹੋਏ ਉਹਦੇ ਅਧਿਕਾਰ ਖੇਤਰ ਤੇ ਲੰਗੜਾ ਕਰਦੇ ਹੋਏ ਉਹਨੂੰ ਬਾਧੂ ਕੰਮ ਥੋਪਦਾ ਔਰ ਅੱਜ ਤੋਂ ਜੋ ਸਾਡੇ ਪੈਂਡ ਆਉਣ ਵਾਲਾ ਆ ਜਿਹੜਾ ਐਸਵਾ ਜੋ ਇਹਨਾਂ ਨੇ 31 ਅਕਤੂਬਰ ਤੱਕ मां ਜੋ ਕੈਪਸਨਾ ਜੀ ਵੱਲੋਂ ਚਿੱਠੀ ਨਿਕਲੀ ਆ ਉਹ ਬੜੇ ਕਾਨੂੰਨ ਦੇ ਮਾਹਰ ਨੇ ਉਹਨੂੰ ਵੀ ਹਾਈ ਕੋਰਟ ਦੇ ਵਿੱਚ ਜਦੈਵੰਦੀ ਚੈਲੰਜ ਕਰੂਗੀ ਕਿਉਂਕਿ ਸਿੱਧੀ-ਸਿੱਧੀ ਮਨੁੱਖੀ ਅਧਿਕਾਰਾਂ ਦੀ ਲੱਗਣਾ ਭਾਰਤੀ ਸੰਵਧਾਨ ਦੀ ਔਰੰਗਣਾ ਪ੍ਰਧਾਨ ਰਣਵੀਰ ਸਿੰਘ ਢੀਂਸਾ ਨੇ ਕਿਹਾ ਕਿ ਸਰਕਾਰ ਦਾਵਾ ਕਰ ਰਹੀ ਹੈ ਕਿ ਅਸੀਂ ਨਵੇਂ ਨੌਜਵਾਨਾਂ ਨੂੰ ਭਰਤੀ ਕਰਾਂਗੇ ਪਰ ਇਹ ਤਾਂ ਦੱਸੋ ਕਿ 167 ਰੁਪਏ ਦਿਹਾੜੀ ਤੇ ਕੰਮ ਕਰਨ ਨੂੰ ਤਿਆਰ ਕੌਣ ਹੋਊਗਾ ਤੁਸੀਂ ਨਵੇਂ ਭਰਤੀ ਪਟਵਾਰੀਆਂ ਦਾ ਪਰਵੇਸ਼ਨ ਪੀਰੀਅਡ 1 ਸਾਲ ਕਰਨ ਦਾ ਐਲਾਨ ਕੀਤਾ ਸੀ ਪਰ ਹੁਣ ਡੇਢ ਸਾਲ ਹੋ ਗਿਆ ਸਰਕਾਰ ਨੇ ਹੁਣ ਤੱਕ ਕੋਈ ਫੈਸਲਾ ਨਹੀਂ ਲਿਆ ਪਟਵਾਰੀ ਯੂਨੀਅਨ ਨੇ ਕਿਹਾ ਕਿ ਅਸੀਂ ਆਪਣੇ ਨੌਜਵਾਨ ਭਰਾਵਾਂ ਦੀ ਮੰਗ ਲਈ ਵੀ ਲੜ ਰਹੇ ਹਾਂ ਆਰੰਗਲਾ ਬਣਾਉਣ ਦੇ ਲਈ 167 ਰੁਪਏ ਨਰੇਗਾ ਮਜ਼ਦੂਰ ਵਾਲੀ ਦਿਹਾੜੀ ਦੇ ਉੱਪਰ ਅਗਰ ਤੁਹਾਡੇ ਕੋਲ ਬੇਰਜਵਾਰਾਂ ਲਈ ਕੋਈ ਫੌਜ ਬਣਾਉਣ ਵਾਸਤੇ ਤਿਆਰ ਆ ਤਾਂ ਅੱਜ ਅਸੀਂ 3000 ਹਰਕਿਆਂ ਦੀਆਂ ਕਲਮਾਂ ਉਹਨਾਂ ਨੂੰ ਭੇਂਟ ਕਰਦੇ ਆ ਅੱਜ 3000 ਹਰਕਿਆਂ ਦਾ ਪੈਨ ਡਾਉਨ ਬਿਲਕੁਲ ਕਰਦੇ ਆ ਯੂਨੀਅਨ ਨੇ ਕਿਹਾ ਸਰਕਾਰ ਨੂੰ ਕਿ ਅਸੀਂ ਤੁਹਾਨੂੰ ਬਦਲਾ ਲਈ ਚੁਣਿਆ ਸੀ ਪਰ ਤੁਸੀਂ ਸਾਡੇ ਹੱਕਾਂ ਤੇ ਡਾਕੇ ਪਾ ਰਹੇ ਹੋ ਤੰਜ ਕਸਦੇ ਹੋਏ ਕਿਹਾ ਕਿ ਤੁਸੀਂ ਅੰਬੇਦਕਰ ਦੀ ਫੋਟੋ ਲਾ ਕੇ ਖੁਦ ਹੀ ਸੰਵਿਧਾਨ ਦੀ ਉਲੰਘਣਾ ਕਰ ਰਹੇ ਹੋ ਔਰ ਜੋ ਤਸਵੀਰਾਂ ਮੁੱਖ ਮੰਤਰੀ ਸਾਹਿਬ ਨੇ ਆਪਣੇ ਦਫ਼ਤਰ ਦੇ ਵਿੱਚ ਲਗਾਈਆਂ ਨੇ ਔਰ ਸਰਕਾਰੀ ਦਫ਼ਤਰਾਂ 'ਚ ਲਗਾਈਆਂ ਨੇ ਮੈਂ ਤੁਹਾਨੂੰ ਹੱਥ ਜੋੜ ਕੇ ਅਪੀਲ ਕਰਦਾ ਕਿ ਜੇ ਤੁਸੀਂ ਬੀਆਰ ਮੇਲਕਰ ਸਾਹਿਬ ਦਾ ਸਬੰਧਾਨ ਇਹ ਨਹੀਂ ਮੰਨਣਾ ਤੁਸੀਂ ਇੱਕ ਸੰਘਰਸ਼ਾ ਜੋਂ ਨਿਕਲੀ ਹੋਈ ਪਾਰਟੀ ਇਸ ਤਰੀਕੇ ਨਾਲ ਤੁਸੀਂ ਮਰਾਜ਼ਮਾਂ ਦਾ ਗਲ ਕੁੱਟਣ ਵਾਸਤੇ ਤਿਆਰ ਬੈਠੇ ਹੋ ਤਾਂ ਉਹ ਤਸਵੀਰਾਂ ਅੱਜ ਹੀ ਆਪਣੇ ਦਫ਼ਤਰਾਂ 'ਚ ਉਤਾਰ ਦਿਓ ਤੁਹਾਨੂੰ ਉਹ ਤਸਵੀਰਾਂ ਲਗਾਉਣ ਦਾ ਕੋਈ ਹੱਕ ਨਹੀਂ ਚਾਹੇ ਉਹ ਸਰਦਾਰ ਭਗਤ ਸਿੰਘ ਸ਼ਹੀਦ ਆਜੰਦੀ ਤਸਵੀਰਾਂ ਚਾਹੇ ਡਾਕਟਰ ਬੀਆਰ ਅਮੇਰਕਾਰ ਦੀ ਤਸਵੀਰਾਂ ਸੋ ਕੁੱਲ ਮਿਲਾ ਕੇ ਵੱਡੀ ਖਬਰ ਇਹ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਧਮਕੀ ਉਹਨਾਂ ਦੇ ਦਬਕੇ ਦੇ ਬਾਵਜੂਦ ਪਟਵਾਰੀ ਤੇ ਕਾਨੂੰਗੋ ਡੀਸੀ ਅੰਦਫ਼ਤਰਾਂ ਦੇ ਸਾਰੇ ਜਿਹੜੇ ਮੁਲਾਜ਼ਮ ਨੇ ਉਹ ਹੜਤਾਲ ਤੇ ਚਲੇ ਗਏ ਨੇ ਕਲਮ ਛੱਡੋ ਹੜਤਾਲ ਵਿੱਡ ਦਿੱਤੀ ਗਈ ਹੈ ਉਸ ਦਾ ਐਲਾਨ ਕਰ ਦਿੱਤਾ ਗਿਆ ਪਰ ਪੰਜਾਬ ਸਰਕਾਰ ਵੀ ਹੋਰ ਸਖਤ ਹੁੰਦੀ ਨਜ਼ਰ ਆ ਰਹੀ ਹੈ ਸੂਤਰ ਦੱਸਦੇ ਨੇ ਕਿ ਮਾਨ ਸਰਕਾਰ ਨੇ ਬਦਲਵੇਂ ਪ੍ਰਬੰਧ ਕਰਨੇ ਸ਼ੁਰੂ ਕਰ ਦਿੱਤੇ ਨੇ ਸਰਕਾਰ ਨੇ ਟ੍ਰੇਨਿੰਗ ਅਧੀਨ ਪਰਿਵਾਰੀਆਂ ਦਾ ਪਟਵਾਰੀਆਂ ਦਾ ਵੇਰਵਾ ਮੰਗ ਲਿਆ ਐਸ ਵੀਰਵੀ ਮੁਤਾਬਿਕ ਸਰਕਾਰ ਨੇ ਜਾਣਕਾਰੀ ਮੰਗੀ ਹੈ ਟ੍ਰੇਨਿੰਗ ਦੇਨ ਪਟਵਾਰੀਆਂ ਤੇ ਕਾਨੂੰਗੋਆਂ ਦੀ ਕਿੰਨੀ ਟ੍ਰੇਨਿੰਗ ਪੂਰੀ ਹੋ ਚੁੱਕੀ ਹੈ ਕਦੋਂ ਤੱਕ ਖਤਮ ਹੋਊਗੀ ਕੀ ਮੌਜੂਦਾ ਹਾਲਾਤਾਂ ਨੂੰ ਦੇਖਦੇ ਹੋਏ ਟ੍ਰੇਨਿੰਗ ਪਟਵਾਰੀ ਤੇ ਕਾਨੂੰਗੋ ਜਿਹੜੇ ਟ੍ਰੇਨਿੰਗ ਕਰ ਰਹੇ ਨੇ ਉਹ ਕੰਮ ਸੰਬੰਧ ਦੇ ਲਈ ਤਿਆਰ ਨੇ ਇਸ ਦੇ ਨਾਲ ਸਰਕਾਰ ਨੇ ਨਵੀਆਂ ਭਰਤੀਆਂ ਨੂੰ ਲੈ ਕੇ ਵੀ ਚਰਚਾ ਸ਼ੁਰੂ ਕਰ ਦਿੱਤੀ ਹੈ ਇੱਕ ਦਿਨ ਪਹਿਲਾਂ ਮੁੱਖ ਮੰਤਰੀ ਭਗਵੰਤ ਮਾਨ ਨੇ ਇਹੀ ਕਿਹਾ ਸੀ ਕਿ ਜੇ ਤੁਸੀਂ ਕਲਮ ਛੱਡੋ ਹੜਤਾਲ ਕਰੋਗੇ ਤਾਂ ਸਾਡੇ ਕੋਲੇ ਬਹੁਤ ਸਾਰੇ ਬੇਰੁਜ਼ਗਾਰ ਨੌਜਵਾਨ ਨੇ ਜਿਹੜੇ ਕਲਮਾ ਫੜਨ ਨੂੰ ਤਿਆਰ ਬੈਠੇ ਨੇ ਸੋ ਇਸ ਪੂਰੇ ਮਸਲੇ ਦੇ ਦਰਮਿਆਨ ਇਸ ਕਰਾਂ ਦੇ ਦਰਮਿਆਨ ਵਿਰੋਧੀ ਧਿਰਾਂ ਕਿਵੇਂ ਚੁੱਪ ਬਹਿ ਜਾਣ ਇਹ ਤਾਂ ਹੋ ਹੀ ਨਹੀਂ ਸਕਦਾ। ਅਕਾਲੀ ਦਲ ਦੇ ਸੀਨੀਅਰ ਲੀਡਰ ਦਲਜੀਤ ਸਿੰਘ ਚੀਵਾ ਨੇ ਪਟਵਾਰੀਆਂ ਨੂੰ ਦਿੱਤੀ ਚੇਤਾਵਨੀ ਨੂੰ ਤਾਨਾਸ਼ਾਹ ਦੱਸਿਆ ਹੈ। ਕਹਿੰਦੇ 15 ਦਿਨ ਪਹਿਲਾਂ ਨੋਟਿਸ ਦਿੱਤਾ ਹੈ ਤਾਂ ਸਰਕਾਰ ਨੂੰ ਮੁਲਾਜ਼ਮਾ ਨਾਲ ਗੱਲ ਕਰਨੀ ਚਾਹੀਦੀ ਹੈ। ਸਰਕਾਰ ਉਹਨਾਂ ਦੇ ਹੱਕਾਂ ਤੇ ਡਾਕਾ ਮਾਰ ਰਹੀ ਹੈ। ਕਾਂਗਰਸ ਤੇ ਭਾਜਪਾ ਨੇ ਵੀ ਮੁੱਖ ਮੰਤਰੀ ਭਗਵੰਤ ਮਾਨ ਦੇ ਰੁਖ ਤੇ ਕਰੜਾ ਇਤਰਾਜ਼ ਜਤਾਇਆ। ਭਾਜਪਾ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਤੰਜ ਕਸਤੇ ਹੋਏ ਕਿਹਾ ਸੀ ਕਿ ਮੰਤਰੀਆਂ ਨੂੰ ਥਾਪੜਾ ਤੇ ਕਰਮਚਾਰੀਆਂ ਨੂੰ ਤਾੜਨਾ। ਮੁੱਖ ਮੰਤਰੀ ਦਾਗੀ ਮંત્રીਆਂ ਦਾ ਬਚਾਅ ਕਰਦੇ ਨੇ ਜਦਕਿ ਪੰਜਾਬ ਦਾ ਭਵਿਕਸ ਸਵਾਰਨ ਵਾਲੇ ਮੁਲਾਜ਼ਮਾਂ ਨੂੰ ਧਮਕੀਆਂ ਦਿੰਦੇ ਨੇ ਇਹ ਬਿਆਨ ਵਿਰੋਧੀ ਧਿਰਾਂ ਦੇ ਉਦੋਂ ਆਏ ਸਨ ਜਦੋਂ ਮੁੱਖ ਮੰਤਰੀ ਨੇ ਸ਼ਰੇਆਮ ਮਹਿਕਮੇ ਨੂੰ ਯੂਨੀਅਨ ਨੂੰ ਧਮਕੀ ਦਿੱਤੀ ਸੀ ਸ਼੍ਰੋਮਣੀ ਕਾਲੇਦਾਲ ਸੰਜਗ ਦੇ ਪ੍ਰਧਾਨ ਤੇ ਸਾਬਕਾ ਕੇਂਦਰੀ ਮੰਤਰੀ ਸੁਖਦੀਪ ਸਿੰਘ ਟੀਨ ਸਾਹ ਨੇ ਵੀ ਜਿਹੜਾ ਐਸਆਈ ਐਕਟ ਲਾਇਆ ਪੰਜਾਬ ਦੇ ਵਿੱਚ ਉਸ ਦੀ ਸਖਤ ਨਿੰਦਿਆ ਕੀਤੀ ਹੈ ਤੇ ਕਿਹਾ ਹੈ ਕਿ ਆਪਣੇ ਹੱਕਾਂ ਲਈ ਸੰਘਰਸ਼ ਕਰਨਾ ਹਰ ਕਿਸੇ ਦਾ ਲੋਕਤੰਤਰੀ ਅਧਿਕਾਰ ਹੈ ਪਰ ਮੁੱਖ ਮੰਤਰੀ ਮਾਨ ਤਾਨਾ ਸ਼ਾਹੀ ਫਰਮਾਨ ਜਾਰੀ ਕਰ ਰਹੇ ਨੇ ਸੋ ਹੁਣ ਦੇਖਣਾ ਹੋਏਗਾ ਕਿ ਪੰਜਾਬ ਸਰਕਾਰ ਆਖਿਰਕਾਰ ਕਾਰਵਾਈ ਕੀ ਕਰਦੀ ਹੈ ਕਿਉਂਕਿ ਯੂਨੀਅਨ ਨੇ ਇਹਨਾਂ ਮੁਲਾਜ਼ਮਾਂ ਨੇ ਆਪਣੀ ਹੜਤਾਲ ਸ਼ੁਰੂ ਕਰਨ ਦਾ ਐਲਾਨ ਕਰ ਦਿੱਤਾ ਹੈ ਜਦਕਿ ਪੰਜਾਬ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਦੇ ਹੁਕਮਾਂ ਤੇ 31 ਅਕਤੂਬਰ ਤੱਕ ਐਸਆਈ ਲਾਗੂ ਕਰ ਦਿੱਤਾ ਗਿਆ ਯਾਨੀ ਕਿ ਅਗਲੇ 2 ਮਹੀਨੇ ਤੱਕ ਮੁਲਾਜ਼ਮ ਕਿਸੇ ਵੀ ਤਰ੍ਹਾਂ ਦੀ ਹੜਤਾਲ ਨਹੀਂ ਕਰ ਸਕਣਗੇ ਸਰਕਾਰ ਨੇ ਆਪਣੇ ਹੁਕਮਾਂ ਚ ਕਿਹਾ ਕਿ ਪੰਜਾਬ ਦੇ ਰਣਜੀਤ ਸਾਗਰ ਬੰਨ ਪਾਖੜਾ ਬੰਨ ਤੇ ਪੌਂਗ ਬੰਨ ਤੋਂ ਲਗਾਤਾਰ ਪਾਣੀ ਛੱਡਿਆ ਜਾ ਰਿਹਾ ਹੈ ਸੂਬੇ ਛਾੜ ਵਰਗੇ ਹਾਲਾਤ ਨੇ ਜਿਹੇ ਵਿੱਚ ਪਟਵਾਰੀ ਕਾਨੂੰਗੋ ਤੇ ਹੋਰ ਸਟਾਫ ਆਪਣੇ ਇਲਾਕੇ ਤੋਂ ਬਾਹਰ ਨਹੀਂ ਜਾ ਸਕਦੇ ਸਰਕਾਰ ਦੇ ਮੁਤਾਬਿਕ ਇਹਨਾਂ ਵਿਭਾਗਾਂ ਦੇ ਮੁਲਾਜ਼ਮਾਂ ਦੀ ਲੋੜ ਹੜ ਦੇ ਹਾਲਾਤਾਂ ਵਿੱਚ ਹਰ ਵਕਤ ਰਹਿੰਦੀ ਹੈ ਤੋਂ ਸਰਕਾਰ ਅਤੇ ਪਟਵਾਰੀ ਦੋਵੇਂ ਹੀ ਆਪੋ ਆਪਣੇ ਹੱਕਾਂ ਦੀ ਲੜਾਈ ਦਾ ਵਾਸਤਾ ਦਿੰਦੇ ਹੋਏ ਆਪੋ ਆਪਣੇ ਰੁਖ ਤੇ ਅੜੇ ਹੋਏ ਨੇ ਪਰ ਲੋਕ ਸਭ ਜਾਣਦੇ ਨੇ ਕਿ ਅਸਲੀਅਤ ਦੇ ਵਿੱਚ ਕੌਣ ਕਿੰਨੇ ਪਾਣੀ ਦੇ ਵਿੱਚ ਐ ਜਦੋਂ ਮੌਕਾ ਮਿਲੂਗਾ ਤਾਂ ਪੂਰਾ ਹਿਸਾਬ ਵੀ ਜਨਤਾ ਕਰੀ ਦਿੰਦੀ ਐ ਇਸ ਤੋਂ ਪਹਿਲਾਂ ਕਿ ਜਨਤਾ ਕੋਈ ਫੈਸਲਾ ਲਵੇ ਦੋਵਾਂ ਨੂੰ ਜਨਤਾ ਦੇ ਹਿੱਤ ਵਿੱਚ ਫੈਸਲਾ ਲੈਣਾ ਚਾਹੀਦਾ ਤੇ ਆਪਣੀ ਜ਼ਿੱਦ ਨਾਲ ਸਮਝੌਤਾ ਕਰਨਾ ਚਾਹੀਦਾ ਤੁਸੀਂ ਜ਼ਰੂਰ ਸੋਚ ਰਹੇ ਹੋਵੋਗੇ ਕਿ ਆਖਿਰਕਾਰ ਐਸਮਾ ਐਕਟ ਹੁੰਦਾ ਕੀ ਹੈ ਈ ਐਸ ਐਮ ਏ ਈਸਟ ਪੰਜਾਬ ਈਸੈਂਸ਼ੀਅਲ ਸਰਵਿਸਿਜ਼ ਮੇਨਟੇਨੈਂਸ ਐਕਟ ਇਸ ਨੂੰ ਕਿਹਾ ਜਾਂਦਾ ਐ ਕਦੋਂ ਲਾਗੂ ਹੁੰਦਾ ਥੋੜੀ ਜਿਹੀ ਬਰੀਫ ਦੇ ਵਿੱਚ ਜਾਣਕਾਰੀ ਤੁਹਾਨੂੰ ਦੇ ਦਿੰਨੇ ਆ ਭਾਰਤ ਦੇ ਵਿੱਚ ਐਸਮਾ 1968 ਵਿੱਚ ਸੰਸਦ ਚ ਪਾਸ ਕੀਤਾ ਗਿਆ ਸੀ ਇਹ ਐਕਟ ਰੇਲਵੇ ਰੱਖਿਆ ਡਾਕ ਤੇ ਟੈਲ ਗ੍ਰਾਫੋ ਹਵਾਈ ਅੱਡੇ ਤੇ بندرਗਾਹ ਸੰਚਾਲਨ ਤੇ ਹੋਰ ਅਹਿਮ ਵਿਭਾਗਾਂ ਦੇ ਕਰਮਚਾਰੀਆਂ ਦੀ ਹੜਤਾਲ ਤੇ ਲੋਡ ਪੈਂਟ ਤੇ ਪਾਬੰਦੀ ਲਾ ਸਕਦਾ ਹੈ ਜਾਨੀ ਕਿ ਸੰਵਧਾਨ ਦੇ ਵਿੱਚ ਜਿੱਥੇ ਭਾਰਤ ਦੇ ਨਾਗਰਿਕਾਂ ਨੂੰ ਇਹ ਹੱਕ ਦਿੱਤਾ ਗਿਆ ਹੈ ਰਾਈਟ ਦਿੱਤਾ ਗਿਆ ਹੈ ਕਿ ਤੁਸੀਂ ਕਿਸੇ ਵਕਤ ਵੀ ਸ਼ਾਂਤਮਈ ਤਰੀਕੇ ਦੇ ਨਾਲ ਆਪਣਾ ਰੋਸ ਪ੍ਰਗਟਾ ਸਕਦੇ ਹੋ ਉੱਥੇ ਹੀ ਸਰਕਾਰ ਦੇ ਹੱਥ ਵਿੱਚ ਵੀ ਇੱਕ ਪਾਵਰ ਦੇ ਦਿੱਤੀ ਹੈ ਕਿ ਤੁਸੀਂ ਇਹਨਾਂ ਦੀ ਹੜਤਾਲ ਲੋਕਾਂ ਦੀ ਹੜਤਾਲ ਨੂੰ ਐਸਮਾ ਲਾ ਕੇ ਰੋਕ ਵੀ ਸਕਦੇ ਹੋ ਜੇ ਕਿਸੇ ਵਿਭਾਗ ਵੱਲੋਂ ਕੀਤੀ ਗਈ ਹੜਤਾਲ ਨਾਲ ਆਮ ਲੋਕਾਂ ਦੀ ਜ਼ਿੰਦਗੀ ਪ੍ਰਭਾਵਿਤ ਹੁੰਦੀ ਹੋਵੇ ਤਾਂ ਸਰਕਾਰ ਐਸਮਾ ਲਾ ਸਕਦੀ ਹੈ ਸਰਕਾਰ ਮੁਤਾਬਿਕ ਬੇਲੋੜੀਆਂ ਤੇ ਬੇਮਕਸਦ ਹੜਤਾਲਾਂ ਨੂੰ ਰੋਕਣ ਦੇ ਲਈ ਵੀ ਐਸਮਾ ਲਾਇਆ ਜਾ ਸਕਦਾ ਹੈ ਦੇ ਤੱਤ ਜੇ ਕਿਸੇ ਵੀ ਅਹਿਮ ਵਿਭਾਗ ਦੇ ਕਰਮਚਾਰੀ ਹੜਤਾਲ ਸ਼ਾਮਿਲ ਹੁੰਦੇ ਨੇ ਤਾਂ ਸਰਕਾਰ ਉਹਨਾਂ ਦੀਆਂ ਮੰਗਾਂ ਨੂੰ ਰੱਦ ਕਰ ਸਕਦੀ ਹੈ ਤੇ ਉਹਨਾਂ ਦੀ ਹੜਤਾਲ ਖਤਮ ਕਰਵਾ ਸਕਦੀ ਹੈ ਸੂਬਾ ਸਰਕਾਰ ਦੇ ਵੱਲੋਂ ਐਸਮਾ ਐਕਟ ਦੇ ਤਹਿਤ ਸਿਰਫ ਤੇ ਸਿਰਫ ਵੱਧ ਤੋਂ ਵੱਧ 6 ਮਹੀਨਿਆਂ ਦੀ ਹੀ ਪਾਬੰਦੀ ਲਾਈ ਜਾ ਸਕਦੀ ਹੈ ਪਰ ਕੇਂਦਰ ਸਰਕਾਰ ਜਨਤੱਖੇਤਾਂ ਨੂੰ ਧਿਆਨ ਵਿੱਚ ਰੱਖਦੇ ਆ ਇਸ ਬੰਦੀ ਮਿਆਦ ਵਧਾ ਸਕਦੀ ਹੈ ਪੰਜਾਬ ਪੁਲਿਸ ਨੇ ਵਿਵਾਦਿਤ ਫਿਲਮ ਯਾਰੀਆਂ 2 ਦੇ ਅਦਾਕਾਰ ਨਿਰਮਾਤਾ ਤੇ ਨਿਰਦੇਸ਼ਕ ਦੇ ਖਿਲਾਫ 295 ਐਕਟ ਦੇ ਤਹਿਤ ਕੇਸ ਦਰਜ ਕੀਤਾ ਹੈ ਜਲੰਧਰ ਜ਼ਿਲ੍ਹੇ ਦੇ ਵਿੱਚ ਪੁਲਿਸ ਨੇ ਇਹ ਕੇਸ ਦਰਜ ਕੀਤਾ ਹੈ ਇਸ ਫਿਲਮ ਦੇ ਅਦਾਕਾਰ ਮੀਜ਼ਾਨ ਜ਼ਾਫਰੀ, ਨਿਰਦੇਸ਼ਕ ਭੂਸ਼ਣ ਕੁਮਾਰ, ਨਿਰਮਾਤਾ ਰਾਧਿਕਾ ਰਾਓ ਤੇ ਵਿਨੇ ਸਪਰੂ ਦੇ ਖਿਲਾਫ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਸੱਟ ਮਾਰਨ ਦੇ ਦੋਸ਼ ਵਿੱਚ ਇਹ ਕੇਸ ਦਰਜ ਹੋਇਆ ਪੁਲਿਸ ਨੇ ਧਾਰਾ 295ਏ ਲਾਈ ਹੈ ਸਿੱਖ ਤਾਲਮਿਲ ਕਮੇਟੀ ਨੇ ਪੁਲਿਸ ਥਾਣੇ 'ਚ ਸ਼ਿਕਾਇਤ ਦਿੱਤੀ ਸੀ ਜਿਸ ਤੋਂ ਬਾਅਦ ਇਹ ਕਾਰਵਾਈ ਕੀਤੀ ਗਈ ਹੈ। ਦਰਅਸਲ ਇਸ ਫਿਲਮ ਦੇ ਵਿੱਚ ਸੋਹਰੇ ਕਰ ਨਾਮ ਦਾ ਇੱਕ ਗੀਤ ਹੈ ਜਿਸ ਦੇ ਵਿੱਚ ਕੁਝ ਵਿਵਾਦਿਤ ਦ੍ਰਿਸ਼ ਫਿਲਮਾਏ ਗਏ ਨੇ ਜੋ ਕਿ ਸਿੱਖ ਕੌਮ ਦੇ ਲਈ ਇੱਕ ਤੋਹੀਨ ਵਜੋਂ ਨੇ ਖਾਸ ਤੌਰ ਤੇ ਖਾਂਦੇ ਜਿਹੜੇ ਪੰਜ ਕਕਾਰ ਨੇ ਉਹਨਾਂ ਦੇ ਵਿੱਚੋਂ ਇੱਕ ਕਕਾਰ ਕਿਰਪਾਨ ਦੀ ਤੋਹੀਨ ਕਰ ਰਹੇ ਨੇ ਦ੍ਰਿਸ਼ ਤੇ ਇਹਨਾਂ ਨੂੰ ਹਟਾਉਣ ਦੇ ਲਈ ਐਸਜੀਪੀਸੀ ਨੇ ਅਪੀਲ ਵੀ ਕੀਤੀ ਚੇਤਾਵਨੀ ਵੀ ਦਿੱਤੀ ਕਾਨੂੰਨੀ ਕਾਰਵਾਈ ਵੀ ਵਿੱਡ ਦਿੱਤੀ ਹੈ 30 ਸੀਰੀਜ਼ ਦੇ ਵੱਲੋਂ ਇਸ ਗੀਤ ਨੂੰ ਰਿਲੀਜ਼ ਕੀਤਾ ਗਿਆ ਪੰਜਾਬ ਸੂਬਾ ਸਰਕਾਰੀ ਸਕੂਲਾਂ ਦੇ ਵਿੱਚ ਸੁਰੱਖਿਆ ਗਾਰਡ ਤਾਇਨਾਤ ਕਰਨ ਵਾਲਾ ਪਹਿਲਾ ਸੂਬਾ ਬਣ ਗਿਆ ਇਹ ਵਿਦਿਆਰਥੀਆਂ ਖਾਸ ਕਰਕੇ ਵਿਦਿਆਰਥਣਾਂ ਦੀ ਸੁਰੱਖਿਆ ਦੇ ਮੱਦੇ ਨਜ਼ਰ ਕੀਤਾ ਗਿਆ ਹੈ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਇਸ ਫੈਸਲੇ ਦੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਸਿੱਖਿਆ ਦੇ ਖੇਤਰ ਵਿੱਚ ਕ੍ਰਾਂਤੀ ਹੈ ਜਿਸ ਦੀ ਕਲਪਨਾ ਅਰਵਿੰਦ ਕੇਜਰੀਵਾਲ ਤੇ ਸਾਡੇ ਮੁੱਖ ਮੰਤਰੀ ਭਗਵੰਤ ਮਾਨ ਨੇ ਕੀਤੀ ਸੀ ਬੈਂਸ ਨੇ ਕਿਹਾ ਕਿ ਪੰਜਾਬ ਸਰਕਾਰੀ ਸਕੂਲਾਂ ਵਿੱਚ ਸੁਰੱਖਿਆ ਗਾਰਡ ਤਾਇਨਾਤ ਕਰਨ ਵਾਲਾ ਪਹਿਲਾ ਸੂਬਾ ਬਣ ਗਿਆ ਹੈ ਸਿੱਖਿਆ ਮੰਤਰੀ ਹਰਜੋਤ ਬੈਂਸ ਲੁਧਿਆਣਾ ਦੇ ਬੱਦੋਵਾਲ ਸਰਕਾਰੀ ਸਕੂਲ ਦਾ ਜਾਇਜ਼ਾ ਲੈਣ ਵੀ ਪਹੁੰਚੇ ਜਿੱਥੇ ਕੁਝ ਦਿਨ ਪਹਿਲਾਂ ਮੁਰੰਮਤ ਅਧੀਨ ਲੈਂਟਰ ਤੇ ਸਟਾਫ ਰੂਮ ਦੀ ਛੱਤ ਡਿੱਗਣ ਨਾਲ ਇੱਕ ਅਧਿਆਪਕਾ ਦੀ ਮੌਤ ਹੋ ਗਈ ਸੀ ਤੇ ਤਿੰਨ ਅਧਿਆਪਕਾਂ ਜ਼ਖਮੀ ਹੋ ਗਏ ਸਨ ਮੰਤਰੀ ਨੇ ਹਾਦਸੇ ਵਿੱਚ ਜਾਨ ਗਵਾਉਣ ਵਾਲੀ ਮਹਿਲਾ ਅਧਿਆਪਕ ਰਵਿੰਦਰ ਕੌਰ ਦੇ ਘਰ ਜਾ ਕੇ ਪਰਿਵਾਰ ਨਾਲ ਵੀ ਦੁੱਖ ਸਾਂਝਾ ਕੀਤਾ ਅਤੇ ਬੱਦੋਵਾਲ ਦੇ ਸਰਕਾਰੀ ਐਮੀਨੈਂਸ ਸਕੂਲ ਦੇ ਵਿੱਚ ਸਟਾਫ ਦੇ ਨਾਲ ਵੀ ਗੱਲਬਾਤ ਕੀਤੀ ਜ਼ਿਲ੍ਹਾ ਪ੍ਰਸ਼ਾਸਨ ਦੀ ਟੀਮ ਵੀ ਮੌਜੂਦ ਰਹੀ ਗੁਰਦੁਆਰਾ ਸਾਹਿਬ 'ਚ ਸ਼ਿਫਟ ਕੀਤੇ ਗਏ ਵਿਦਿਆਰਥੀਆਂ ਦੇ ਨਾਲ ਵੀ ਗੱਲਬਾਤ ਕੀਤੀ ਉਦੇ ਖਿਲਾਫ ਕਾਰਵਾਈ ਜ਼ਰੂਰ ਹੋਊਗੀ ਅਧਿਕਾਰੀਆਂ ਨੂੰ ਇਸ ਮਾਮਲੇ ਦੇ ਵਿੱਚ ਛੇਤੀ ਰਿਪੋਰਟ ਜਮ੍ਹਾਂ ਕਰਵਾਉਣ ਲਈ ਕਿਹਾ ਗਿਆ ਹੈ ਉਹਨਾਂ ਨੇ ਦੱਸਿਆ ਕਿ ਸਰਕਾਰੀ ਸਕੂਲਾਂ ਦੇ ਵਿੱਚ ਕਮਰਿਆਂ ਦੀ ਚਾਰ ਦਿਵਾਰੀ ਬਾਥਰੂਮ ਤੇ ਛੱਤਾਂ ਆਦ ਦਾ ਕੰਮ ਪੂਰੇ ਪੰਜਾਬ 'ਚ ਚੱਲ ਰਿਹਾ ਹੈ 800 ਤੋਂ 900 ਕਰੋੜ ਦੇ ਬਜਟ 'ਚ ਇਹ ਕੰਮ ਕਰਵਾਇਆ ਜਾ ਰਿਹਾ ਹੈ ਸੁਰੱਖਿਆ ਮਾਪਦੰਡਾਂ ਤੇ ਖਾਸ ਤੌਰ ਤੇ ਧਿਆਨ ਰੱਖਿਆ ਜਾ ਰਿਹਾ ਹੈ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸਿਹਤਮੰਦ ਪੰਜਾਬ ਮਿਸ਼ਨ ਦੇ ਤਹਿਤ ਤਰਨਤਾਰਨ ਜ਼ਿਲ੍ਹੇ ਦੇ ਵਿੱਚ 11 ਹੋਰ ਆਮ ਆਦਮੀ ਕਲੀਨਿਕ ਖੋਲਣ ਨੂੰ ਮਨਜ਼ੂਰੀ ਦਿੱਤੀ ਹੈ ਅਕਤੂਬਰ ਮਹੀਨੇ ਤੱਕ ਇਹ ਮੁਕੰਮਲ ਹੋ ਜਾਣਗੇ ਆਮ ਆਦਮੀ ਪਾਰ ਲੋਕ ਸਭਾ ਚੋਣਾਂ 2024 ਦੇ ਲਈ ਸੂਬੇ ਦੇ 9 ਜ਼ਿਲ੍ਹਾ ਇੰਚਾਰਜ ਅਤੇ 3 ਲੋਕ ਸਭਾ ਹਲਕਿਆਂ ਦੇ ਇੰਚਾਰਜ ਨਿਯੁਕਤ ਕੀਤੇ ਨੇ ਜਿਨ੍ਹਾਂ ਦੀ ਸੂਚੀ ਸੂਬਾ ਵਰਕਿੰਗ ਕਮੇਟੀ ਦੇ ਪ੍ਰਧਾਨ ਬੁੱਧਰਾਮ ਨੇ ਜਾਰੀ ਕੀਤੀ ਹੈ ਸੂਚੀ ਵਿੱਚ ਜ਼ਿਲ੍ਹਾ ਇੰਚਾਰਜ ਤੇ ਲੋਕ ਸਭਾ ਇੰਚਾਰਜ ਬਣਾਏ ਗਏ ਨੇ ਬਹੁਤੀਆਂ ਸ਼ਖਸੀਅਤਾਂ ਪਾਰਟੀ ਦੇ ਮੁੱਢ ਤੋਂ ਹੀ ਪਾਰਟੀ ਨਾਲ ਜੁੜੀਆਂ ਹੋਈਆਂ ਨੇ ਤੇ ਸਾਫ਼ ਅਕਸ ਵੀ ਰੱਖਦੀਆਂ ਨੇ ਸੰਯੁਕਤ ਕਿਸਾਨ ਮੋਰਚੇ ਦੇ ਨਾਲ ਜੁੜੀਆਂ ਪੰਜਾਬ ਦੀਆਂ ਕੁਝ ਜਥੇਬੰਦੀਆਂ ਨੇ ਪੰਜਾਬ ਦੇ ਪੀੜਤ ਲੋਕਾਂ ਨੂੰ ਹੜ੍ਹ ਪ੍ਰਭਾਵਿਤ ਮੁਆਵਜ਼ਾ ਦਿਵਾਉਣ ਦੇ ਲਈ 11 ਤੋਂ 13 ਸਤੰਬਰ ਤੱਕ ਸੂਬੇ ਦੇ 23 ਜ਼ਿਲ੍ਹਿਆਂ ਦੇ ਵਿੱਚ ਆ ਮੰਤਰੀਆਂ ਵਿਧਾਇਕਾਂ ਅਤੇ ਬੀਜੇਪੀ ਆਗੂਆਂ ਦੇ ਘਰਾਂ ਮੂਲੇ ਧਰਨੇ ਦੇਣ ਦਾ ਐਲਾਨ ਕੀਤਾ ਹੈ ਮੋਰਚੇ ਦੇ ਪ੍ਰਮੁੱਖ ਲੀਡਰ ਤੇ ਪੰਜਾਬ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਰੁਲਦੂ ਸਿੰਘ ਨੇ ਦੱਸਿਆ ਕਿ ਧਰਨੇ ਪੰਜਾਬ ਦੀ ਸੱਤਾਧਾਰੀ ਪਾਰਟੀ ਆਮ ਆਦਮੀ ਪਾਰਟੀ ਅਤੇ ਕੇਂਦਰ ਦੀ ਸੱਤਾ ਤੇ ਕਾਬੂ ਭਾਰਤੀ ਜਨਤਾ ਪਾਰਟੀ ਦੇ ਸੂਬੇ ਵਿੱਚ ਮੌਜੂਦ ਪ੍ਰਮੁੱਖ ਆਗੂਆਂ ਦੇ ਘਰਾਂ ਦੇ ਮੂਹਰੇ ਲਾਈਟਾਂ ਲਾਣਗੇ ਪੰਜਾਬ ਪੁਲਿਸ ਦੇ ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਸੂਬਾ ਪੁਲਿਸ ਦੀ ਐਂਟੀ ਗੈਂਗਸਟਰ ਟਾਸਕ ਫੋਰਸ ਨੇ ਬਿਹਾਰੀ ਪੁਲਿਸ ਨਾਲ ਮਿਲ ਕੇ ਪਾਕਿਸਤਾਨ ਰਹਿਦੇ ਹਰਵਿੰਦਰ ਸਿੰਘ ਉਰਫ ਰਿੰਦਾ ਦੇ 6 ਸਾਥੀਆਂ ਨੂੰ ਗ੍ਰਿਫਤਾਰ ਕੀਤਾ ਹੈ ਡੀਐਸਪੀ ਵਿਕਰਮਜੀਤ ਸਿੰਘ ਬਰਾੜ ਨੇ ਦੱਸਿਆ ਕਿ ਗ੍ਰਿਫਤਾਰ ਮੁਲਜ਼ਮਾਂ ਦੇ ਵਿੱਚੋਂ 1 ਅਪ੍ਰੈਲ 2023 ਦੇ ਵਿੱਚ ਪਟਿਆਲਾ ਵਿਖੇ ਹੋਏ ਦੋਹਰੇ ਕਤਲ ਕੇਸ ਦੇ ਵਿੱਚ ਸ਼ਾਮਲ ਹੈ ਉਦੋਂ ਤੋਂ ਹੀ ਇਹ ਫਰਾਰ ਸੀ ਪੁਲਿਸ ਨੇ ਮੁਲਜ਼ਮਾਂ ਕੋਲੋਂ 5 ਪਿਸਤੌਲ ਤੇ 20 ਘਰਤੂਸ ਬਰਾਮਦ ਕੀ ਬਣ ਚੁੱਕਿਆ ਹੈ ਉਸ ਤੇ ਛੇਤੀ ਹੀ ਆਡੀਓ ਤੇ ਵੀਡੀਓ ਕਾਲ ਦੀ ਸਹੂਲਤ ਵੀ ਮਿਲੇਗੀ ਅਮਰੀਕੀ ਅਰਪਤੀ ਐਲਨ ਮਸਕ ਨੇ ਇਹ ਐਲਾਨ ਕੀਤਾ ਹੈ ਕਿ ਉਹਨਾਂ ਦੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਤੇ ਛੇਤੀ ਹੀ ਵੀਡੀਓ ਤੇ ਆਡੀਓ ਕਾਲ ਦੀ ਸਹੂਲਤ ਮਿਲ ਜਾਵੇਗੀ ਨਵਾਂ ਫੀਚਰ ਐਂਡਰੋਇਡ ਆਈਓਐਸ ਪੀਸੀ ਅਤੇ ਮੈਕ ਤੇ ਵੀ ਕੰਮ ਕਰੇਗਾ ਪੰਜਾਬ ਦੀਆਂ ਵੱਡੀਆਂ ਖਬਰਾਂ ਦੇ ਇਸ ਖਾਸ ਬੁਲੇਟਨ ਦੇ ਵਿੱਚ ਤੁਹਾਡੇ ਸਭ ਤੋਂ ਇਜਾਜ਼ਤ ਚਾਹੁੰਦੇ ਆ ਧੰਨਵਾਦ